ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਲੋਕਡਾਊਨ ਪੀਰੀਅਡ ਦੇ ਦੌਰਾਨ, ਕੋਵਿਡ ਦੇ ਇਸ ਮਹਾਮਾਰੀ ਦੇ ਵਿੱਚ, ਜੇ ਇੰਡੀਅਨ ਸਟੂਡੈਂਟਸ ਕੈਨੇਡਾ ਨਹੀਂ ਜਾ ਸਕੇ ਤਾਂ ਨੁਕਸਾਨ ਕੈਨੇਡਾ ਦਾ ਵੀ ਹੋਇਆ, ਉਹਨਾਂ ਦੀ ਵੀ ਇਕਾਨਮੀ ਦੇ ਵਿੱਚ ਬਹੁਤ ਵੱਡਾ ਹਿੱਸਾ ਸਾਡੇ ਵੱਲੋਂ ਗਿਆ, ਇੱਧਰਲਾ ਪੈਸਾ ਪਾਉਂਦਾ, ਤਾਂ ਦੋਨਾਂ ਪਾਸੇ ਨੁਕਸਾਨ ਦੀ ਸਿਚੁਏਸ਼ਨ ਸੀ। ਪਰ ਹੁਣ ਵਿਨ ਵਿਨ ਸਿਚੁਏਸ਼ਨ ਲੱਗ ਰਹੀ ਹੈ। ਕੱਲ੍ਹ ਜੋ ਨਵੇਂ ਨਿਯਮ ਆਏ ਨੇ, ਜਿਸ ਤੋਂ ਬਾਅਦ ਲਗਾਤਾਰ ਚਰਚਾ ਹੋ ਰਹੀ ਹੈ ਕਿ ਕੈਨੇਡਾ ਨੇ ਵੀਜ਼ਾ ਖੋਲ੍ਹ ਦਿੱਤੇ ਨੇ, ਸ਼ਰਤਾਂ ਨੇ ਕੁਛ ਕਿਵੇਂ ਖੁੱਲ੍ਹੇ, ਇਸ ਬਾਰੇ ਚਰਚਾ ਕਰਦੇ ਹਾਂ। ESS ਗਲੋਬਲ ਤੋਂ ਗੁਰਵਿੰਦਰ ਸਿੰਘ ਭੱਟੀ ਸਾਹਿਬ ਸਾਡੇ ਨਾਲ ਨੇ, ਸਵਾਗਤ ਹੈ ਭੱਟੀ ਸਾਹਿਬ। ਥੈਂਕ ਯੂ ਵੈਰੀ ਮਚ ਮੱਕੜ ਜੀ, ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭੱਟੀ ਸਾਹਿਬ, ਇਹ ਠੀਕ ਹੈ ਕਿ ਹੁਣ ਵੀਜ਼ਾ ਦਾ ਪ੍ਰੋਸੈਸ ਜਿਹੜਾ ਰੁਕਿਆ ਹੋਇਆ ਸੀਗਾ ਉਹ ਖੁੱਲ੍ਹ ਗਿਆ, ਵਿਦਿਆਰਥੀ ਜਾ ਸਕਣਗੇ ਹੁਣ? ਬਿਲਕੁਲ ਜੀ, ਇਹ ਅੱਧੀ ਤੁਹਾਡੀ ਗੱਲ ਸੱਚ ਹੈ। ਇਹ ਵੀਜ਼ਾ ਦਾ ਪ੍ਰੋਸੈਸ ਤੇ ਖੁੱਲ੍ਹ ਗਿਆ ਹੈ, ਜਿਹੜੀ ਦੂਸਰੀ ਗੱਲ ਕਿ ਵਿਦਿਆਰਥੀ ਹੁਣ ਜਾ ਸਕਣਗੇ, ਇਹ ਟਾਈਮ ਦੱਸੇਗਾ। ਹਜੇ ਟਰੈਵਲ ਰਿਸਟ੍ਰਿਕਸ਼ਨਸ ਨਹੀਂ ਇਹਨਾਂ ਦੀਆਂ ਖੁੱਲ੍ਹੀਆਂ ਕੈਨੇਡਾ ਦੀਆਂ, ਕਿਉਂਕਿ ਕੈਨੇਡਾ ਦੇ ਇੰਟਰਨੈਸ਼ਨਲ ਬਾਰਡਰ ਬੰਦ ਹੈਗੇ ਨੇ। ਐਂਡ ਕੈਨੇਡਾ ਨੇ ਜਿਹੜਾ ਕੱਲ੍ਹ ਰਾਤ ਨੂੰ ਅਨਾਊਂਸਮੈਂਟ ਕੀਤੀ ਹੈ ਕਿ ਇੱਕ ਵੀਜ਼ਾ ਪ੍ਰੋਸੈਸ ਹੈਗਾ ਸੀਗਾ, ਉਹਨੂੰ ਹੁਣ ਦੋ ਹਿੱਸਿਆਂ ਦੇ ਵਿੱਚ ਵੰਡਤਾ ਉਹਨੇ। ਕਿ ਇਹਨੂੰ ਮੈਂ ਸਿੰਪਲ ਤਰੀਕੇ ਦੇ ਨਾਲ ਜੇ ਐਕਸਪਲੇਨ ਕਰਾਂ ਤਾਂ, ਜਿਵੇਂ ਨਿਊਜ਼ੀਲੈਂਡ ਦਾ ਚੱਲਦਾ ਹੈ ਉਸੇ ਤਰੀਕੇ ਨਾਲ ਕੀਤਾ, ਬਟ ਨਿਊਜ਼ੀਲੈਂਡ ਤੋਂ ਥੋੜ੍ਹਾ ਵੱਖਰੇ ਤਰੀਕੇ ਨਾਲ ਕੀਤਾ। ਕਿਉਂਕਿ ਨਿਊਜ਼ੀਲੈਂਡ ਦਾ ਜਿਹੜਾ ਪਹਿਲੇ ਅਪਲਾਈ ਕਰਦੇ ਹੋ AIP ਆਉਂਦਾ, ਔਰ ਬਾਅਦ ਚੋਂ ਨਿਆਣਾ ਫੀਸ ਭਰਦਾ। ਇੱਥੇ ਦੋ ਸਟੈਪ ਦੇ ਵਿੱਚ ਇਹਨਾਂ ਨੇ ਪ੍ਰੋਸੈਸ ਸ਼ੁਰੂ ਕਰਤਾ ਕੈਨੇਡਾ ਨੇ। ਪਹਿਲਾ ਪ੍ਰੋਸੈਸ ਹੈਗਾ ਸੀਗਾ ਕਿ ਇਹ ਕੱਲ੍ਹ ਰਾਤ ਤੋਂ ਪਹਿਲੇ ਕਿ ਤੁਸੀਂ ਆਪਣਾ LOA ਫੀਸ ਪੇਡ ਦੀ ਰਸੀਦ, ਆਪਣਾ GIC, ਆਪਣਾ ਮੈਡੀਕਲ, ਇਹ ਸਾਰੀਆਂ ਚੀਜ਼ਾਂ, ਆਪਣੇ ਪਾਸਪੋਰਟ ਦੀ ਕਾਪੀ, ਅਕੈਡਮਿਕਸ ਐਂਡ ਆਇਲਸ, ਇਹ ਸਾਰੀਆਂ ਚੀਜ਼ਾਂ ਤੁਸੀਂ ਜਮ੍ਹਾਂ ਕਰਾਉਂਦੇ ਹੋ, ਜਮ੍ਹਾਂ ਕਰਾ ਕੇ ਔਨਲਾਈਨ ਡਿਪੋਜ਼ਿਟ ਕਰਾਉਂਦੇ ਹੋ, ਆਪਣੀ ਫੀਸ ਪੇ ਕਰਦੇ ਹੋ। ਫੀਸ ਪੇ ਕਰਨ ਤੋਂ ਬਾਅਦ 2 ਦਿਨਾਂ 'ਚ ਜਾਂ 3 ਦਿਨਾਂ ਦੇ ਵਿੱਚ ਬਾਇਓਮੈਟ੍ਰਿਕ ਲੈਟਰ ਆ ਜਾਂਦੀ ਸੀਗੀ। ਬਾਇਓਮੈਟ੍ਰਿਕ ਲੈਟਰ ਦੇ 30 ਦਿਨ ਤੋਂ 90 ਦਿਨਾਂ ਦੇ ਅੰਦਰ ਅੰਦਰ ਤੁਸੀਂ ਆਪਣੇ ਬਾਇਓਮੈਟ੍ਰਿਕ ਕਰਾਉਣੇ ਹੁੰਦੇ, ਬਟ ਬਾਇਓਮੈਟ੍ਰਿਕ ਹੋਣੇ ਹੁੰਦੇ ਸੀ VFS ਦੇ ਵਿੱਚ। ਹੁਣ VFS ਬੰਦ ਹੈ, 90 ਦਿਨਾਂ ਦੇ ਅੰਦਰ ਅੰਦਰ ਬਾਇਓਮੈਟ੍ਰਿਕ ਕਰਾਉਣੇ ਹੁੰਦੇ ਸੀ, ਉਹਦੇ ਬਾਅਦ 'ਚੋਂ 4 ਹਫ਼ਤੇ ਜਾਂ 15 ਦਿਨਾਂ ਦੇ ਅੰਦਰ ਅੰਦਰ ਵੀਜ਼ਾ ਆ ਜਾਂਦਾ ਸੀ। ਕੱਲ੍ਹ ਰਾਤ ਨੂੰ ਅਨਾਊਂਸਮੈਂਟ ਕੀਤੀ ਗਈ, ਉਹ 'ਚ ਕਹਿਤਾ ਕਿ 2-step ਪ੍ਰੋਸੈਸ ਹੋਏਗਾ ਵੀਜ਼ਾ ਦਾ। ਪਹਿਲਾ ਸਟੈਪ ਪ੍ਰੋਸੈਸ ਹੈ ਮੇਰੇ ਸਾਹਮਣੇ ਔਰ ਤੁਹਾਡੇ ਕੋਲ ਵੀ ਪ੍ਰਿੰਟ ਆਊਟ ਪਿਆ ਕਿ ਉਹ ਕਹਿੰਦੇ ਜੀ ਆਪਣੇ ਤੁਸੀਂ ਐਜੂਕੇਸ਼ਨ ਡਾਕੂਮੈਂਟ, ਪਾਸਪੋਰਟ ਦੀ ਕਾਪੀ ਅਤੇ ਆਇਲਸ ਦਾ ਸਰਟੀਫਿਕੇਟ, ਇਹ ਤੁਸੀਂ ਜਮ੍ਹਾਂ ਕਰਾਉਣਾ। ਜੇ ਆਇਲਸ ਨਹੀਂ ਵੀ ਹੈ, ਬੜੀ ਗੌਰ ਨਾਲ ਸੁਣਨਾ, ਕਿ ਜੇ ਆਇਲਸ ਨਹੀਂ ਵੀ ਹੈ, ਪਾਸਪੋਰਟ, ਅਕੈਡਮਿਕਸ ਦੇ ਨਾਲ ਨਾਲ GIC ਖਾਤਾ ਖਿਲਾਓ, GIC ਦੇ ਖਾਤੇ 'ਚ ਪੈਸੇ ਜਮ੍ਹਾਂ ਕਰਾ ਕੇ GIC ਦਾ ਸਰਟੀਫਿਕੇਟ ਜਮ੍ਹਾਂ ਕਰਾਓ, 3 ਚੀਜ਼ ਹੋ ਗਈ। 4 ਚੀਜ਼ ਹੈ ਕਿ ਵੀ ਤੁਹਾਡਾ ਜਿਹੜਾ ਹੈਗਾ ਵੈ ਉੱਥੇ ਫੀਸ ਜਿਹੜੀ ਟ੍ਰਾਂਸਫਰ ਕੀਤੀ ਹੈ ਯੂਨੀਵਰਸਿਟੀ ਨੂੰ ਜਾਂ ਕਾਲਜ ਨੂੰ, ਉਹਦੀ ਫੀਸ ਦੀ ਰਸੀਦ ਦਿਓ, LOA ਨਾਲ ਲਗਾਓ ਅਤੇ ਆਪਣੀ ਫਾਈਲ ਜਮ੍ਹਾਂ ਕਰਾ ਦਿਓ। ਮੈਂ ਰਿਪੀਟ ਕਰਦਾ, ਜਿਹੜੇ ਤੁਹਾਡੇ ਐਜੂਕੇਸ਼ਨ ਡਾਕੂਮੈਂਟ, ਪਾਸਪੋਰਟ ਦੀ ਕਾਪੀ, ਆਇਲਸ ਲੋਕਡਾਊਨ ਕਰਕੇ ਨਹੀਂ ਦੇ ਪਾਏ, ਕਹਿੰਦੇ ਉਹਨੂੰ ਛੱਡ ਦਿਓ, ਉਹ ਤੁਹਾਨੂੰ ਕਾਲਜ ਔਰ ਤੁਹਾਡੀ ਗੱਲ। ਤੁਸੀਂ ਜਿਹੜਾ ਹੈਗਾ ਵੈ ਆਪਣੀ LOA ਦੀ ਕਾਪੀ, ਆਪਣਾ GIC ਦਾ ਫੀਸ $10,200 ਨਾਲ ਦੇ ਨਾਲ ਜਿਹੜਾ ਹੈਗਾ ਵੈ ਤੁਹਾਡੀ ਆਪਣਾ ਕਨਫਰਮੇਸ਼ਨ ਆ ਗਈ ਯੂਨੀਵਰਸਿਟੀ ਤੋਂ ਆ ਗਈ, ਤੁਸੀਂ ਉਹ ਸਾਰੇ ਡਾਕੂਮੈਂਟ ਜਮ੍ਹਾਂ ਕਰਾ ਦਿੰਦੇ ਹੋ ਤੇ ਤੁਹਾਨੂੰ ਨਾਲ ਦੇ ਨਾਲ AIP ਆ ਜਾਏਗਾ। ਇਹ ਕਹਿ ਸਕਦੇ ਹਾਂ ਕਿ ਬਿਨਾਂ ਆਇਲਸ ਤੋਂ ਹੁਣ ਇੱਕ ਵਾਰੀ ਤੁਸੀਂ ਅਪਲਾਈ ਕਰ ਸਕਦੇ ਹੋ? ਅਪਲਾਈ ਕਰ ਸਕਦੇ ਹੋ, ਬਟ ਮੈਂ ਉਹਨੂੰ ਕਵਾਂਗਾ ਵੀ ਨਹੀਂ, ਕਿਉਂਕਿ ਪ੍ਰਮੋਟ ਵੀ ਨਹੀਂ ਕਰਾਂਗਾ। ਰੀਜ਼ਨ ਉਹਦਾ ਬਹੁਤ ਵੱਡਾ, ਜਿਹੜਾ ਦੂਜਾ ਸਟੇਜ ਹੈ ਉਹ 'ਚ ਆਇਲਸ ਦੀ ਕੋਈ ਗੱਲ ਨਹੀਂ ਹੋਈ, ਮੈਂ ਉਹ 'ਤੇ ਹੀ ਆ ਰਿਹਾ ਹਾਂ। ਸੋ ਤੁਹਾਨੂੰ ਜਦੋਂ ਤੁਸੀਂ ਡਾਕੂਮੈਂਟਸ ਆਪਣੇ ਜਮ੍ਹਾਂ ਕਰ ਦਿੰਦੇ ਹੋ, ਤੁਹਾਨੂੰ AIP ਆ ਜਾਏਗਾ, ਜਿਹੜਾ ਨਾਮ ਹੁੰਦਾ ਪੂਰਾ ਫੁੱਲ ਫਾਰਮ ਹੈਗੀ ਹੈ ਅਪਰੂਵਲ ਇਨ ਪ੍ਰਿੰਸੀਪਲ। ਕਿ ਨਿਊਜ਼ੀਲੈਂਡ ਦੇ ਵਿੱਚ ਵੀ ਇੱਦਾਂ ਹੁੰਦਾ ਸੀ, ਅਪਰੂਵਲ ਇਨ ਪ੍ਰਿੰਸੀਪਲ ਆਉਣ ਤੋਂ ਬਾਅਦ ਥੱਲੇ ਇੱਕ ਲਾਈਨ ਲਿਖੀ ਹੈ, ਸਟੂਡੈਂਟ ਕੈਨ ਪ੍ਰੋਸੀਡ ਵਿਦ ਦਾ ਔਨਲਾਈਨ ਕਲਾਸਿਸ। ਕਿ ਜਿਹੜੀਆਂ ਔਨਲਾਈਨ ਕਲਾਸਿਸ ਹੈ, ਉਹਦਾ ਇੱਕ ਰੂਲ ਬਣਾਇਆ ਗਿਆ ਸੀਗਾ ਕਿ ਜਿਹੜੇ ਸਟੂਡੈਂਟ ਦੇ ਵੀਜ਼ੇ ਲੱਗੇ ਨੇ, ਅੱਜ ਟਰੈਵਲ ਨਹੀਂ ਕਰ ਪਾ ਰਹੇ, ਉਹ ਆਪਣੇ ਔਨਲਾਈਨ ਕੋਰਸ ਚਾਲੂ ਕਰ ਸਕਦੇ ਆ ਜਿਨ੍ਹਾਂ ਨੇ ਫੀਸਾਂ ਭਰੀਆਂ, ਔਰ 6 ਮਹੀਨੇ ਕੰਟਰੀ ਤੋਂ ਜੇ ਬਾਹਰ ਰਹਿ ਕਰਕੇ ਉਹ ਪੜ੍ਹਾਈ ਕਰਨਗੇ, ਅਤੇ 2-3 ਸਾਲ ਦਾ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਉਹਦੇ 'ਚ ਉਹ 6 ਮਹੀਨੇ ਕਾਊਂਟ ਕੀਤੇ ਜਾਣਗੇ। ਹੁਣ ਇਹ ਸੀਗੇ ਲੋਕਡਾਊਨ, ਕੈਨੇਡਾ ਦੇ ਵਿੱਚ ਬਾਰਡਰ ਬੰਦ ਹੋਏ ਸੀ 18 ਮਾਰਚ ਨੂੰ, ਕਿ 18 ਮਾਰਚ ਤੋਂ ਜਿਹੜੇ ਪਹਿਲੇ ਵੀਜ਼ੇ ਇਸ਼ੂ ਹੋਏ, ਉਹਦੇ ਬਾਅਦ 'ਚ ਜਿਨ੍ਹਾਂ ਦੇ ਵੀਜ਼ੇ ਇਸ਼ੂ ਹੋਏ ਉਹ ਔਨਲਾਈਨ ਕਰ ਸਕਦੇ ਸੀ, ਜਿਨ੍ਹਾਂ ਦੇ ਵੀਜ਼ੇ ਇਸ਼ੂ ਹੋਏ ਉਹ ਔਨਲਾਈਨ ਨਹੀਂ ਕਰ ਸਕਦੇ। ਹੁਣ ਅੱਜ VFS ਖੁੱਲ ਨਹੀਂ ਰਹੀ, ਬਾਇਓਮੈਟ੍ਰਿਕ ਤੋਂ ਬਿਨਾਂ ਵੀਜ਼ਾ ਗ੍ਰਾਂਟ ਆ ਨਹੀਂ ਸਕਦਾ, ਅਤੇ ਜਿਨ੍ਹਾਂ ਦੇ ਪੁਰਾਣੇ ਬਾਇਓਮੈਟ੍ਰਿਕ ਹੈ ਸਿਰਫ ਉਹਨਾਂ ਦੇ ਵੀਜ਼ਾ ਦੇ ਰਿਜ਼ਲਟ ਰਿਫਿਊਜ਼ਲ ਆ ਰਿਹਾ। ਸੋ ਇਹਨਾਂ ਨੇ ਕੱਲ੍ਹ ਨਵੀਂ ਪਾਲਿਸੀ ਕੱਢਤੀ ਕਿ ਵੀ ਅਸੀਂ ਉਹਨੂੰ ਨਹੀਂ ਚੇਂਜ ਕਰ ਰਹੇ ਕਿ ਵੀ ਬਿਨਾਂ ਵੀਜ਼ੇ ਤੋਂ ਤੁਸੀਂ ਸ਼ੁਰੂ ਨਹੀਂ ਕਰ ਸਕਦੇ, ਉਹ ਉੱਦਾਂ ਹੀ ਰਹੇਗੀ, ਬਟ ਤੁਹਾਨੂੰ ਵੀਜ਼ੇ ਦੀ ਜਿਹੜੀ ਲੋੜ ਹੈ ਉਹ ਤੁਹਾਨੂੰ ਅਸੀਂ ਅਪਰੂਵਲ ਦੇ ਦਿੰਦੇ ਹਾਂ ਕਿ ਵੀ AIP ਦੇ ਦਿੰਦੇ ਹਾਂ, ਅਪਰੂਵਲ ਇਨ ਪ੍ਰਿੰਸੀਪਲ ਕਿ ਤੁਸੀਂ ਹੁਣ ਆਪਣਾ ਔਨਲਾਈਨ ਕੋਰਸ ਸ਼ੁਰੂ ਕਰ ਸਕਦੇ ਹੋ। ਫਿਰ ਜਦੋਂ ਟਰੈਵਲ ਰਿਸਟ੍ਰਿਕਸ਼ਨ ਨਿਕਲ ਜਾਣਗੀਆਂ, ਦੂਜਾ ਸਟੈਪ ਉਹਨਾਂ ਨੇ ਕੀਤਾ ਕਿ ਤੁਸੀਂ ਟਰੈਵਲ ਕਦੋਂ ਕਰ ਸਕਦੇ ਹੋ, ਤੁਸੀਂ ਟਰੈਵਲ ਕਰ ਸਕਦੇ ਹੋ, ਉਹ ਕਹਿੰਦੇ ਜਿੱਦਾਂ ਤੁਸੀਂ ਬਾਇਓਮੈਟ੍ਰਿਕ ਦੇ ਦੋਗੇ, ਬਾਇਓਮੈਟ੍ਰਿਕ ਲਈ ਉਹ ਤੁਹਾਨੂੰ ਇਨਵਾਈਟ ਕਰਨਗੇ, ਜਦੋਂ ਤੁਹਾਡਾ ਮੈਡੀਕਲ ਹੋ ਜਾਏਗਾ
ਤੇ ਨੰਬਰ 3 ਤੁਹਾਡੀ ਪੀਸੀਸੀ ਜਦੋਂ ਹੋ ਜਾਏਗੀ ਉਹਨਾਂ ਨੇ ਕਿਹਾ ਕਿ ਤੁਹਾਡੀ ਐਡਮਿਸੀਬਿਲਿਟੀ ਕਿ ਵੀ ਕੈਨੇਡਾ ਚ ਹੈਗੀ ਹੈ ਜੇਕਰ ਉਹ ਐਡਮਿਸੀਬਿਲਿਟੀ ਚੈੱਕ ਵੈਰੀਫਾਈ ਹੋ ਜਾਂਦਾ ਓਕੇ ਹੋ ਜਾਂਦਾ ਤੇ ਤੁਹਾਨੂੰ ਟਰੈਵਲ ਰੈਸਟ੍ਰਿਕਸ਼ਨ ਕੋਈ ਨਹੀਂ ਹੈ ਸੋ ਇਹਦੇ ਵਿੱਚ ਇਹਦੀ ਡਿਟੇਲ ਦੇ ਵਿੱਚ ਜੇਕਰ ਜਾਈਏ ਮੈਡੀਕਲ ਟੈਸਟ ਹੋਣਾ ਇਹ ਚੀਜ਼ ਦੇਖੀ ਜਾਣੀ ਤੁਹਾਨੂੰ ਕਿਤੇ ਕੋਵਿਡ ਤਾਂ ਨਹੀਂਗਾ ਤੁਹਾਨੂੰ ਕੋਈ ਕਮਿਊਨੀਕੇਬਲ ਡਿਜ਼ੀਜ਼ ਤਾਂ ਨਹੀਂਗੀ ਜੇ ਤੁਹਾਨੂੰ ਪਤਾ ਕਿ ਤੁਹਾਨੂੰ ਕੋਵਿਡ ਨਹੀਂ ਹੈਗਾ ਜਾਂ ਤੁਹਾਨੂੰ ਕਮਿਊਨੀਕੇਬਲ ਕੋਈ ਡਿਜ਼ੀਜ਼ ਨਹੀਂ ਹੈਗੀ ਟੀਬੀ ਵਗੈਰਾ ਨਹੀਂ ਹੈਗੀ ਤੇ ਮਤਲਬ ਤੁਸੀਂ ਟਰੈਵਲ ਕਰ ਪਾਓਗੇ ਕੋਈ ਰਿਸਕ ਨਹੀਂ ਹੈਗਾ ਦੂਸਰਾ ਪੁਆਇੰਟ ਆ ਜਾਂਦਾ ਹੈ ਕਿ ਵੀ ਤੁਹਾਡੇ ਤੇ ਕੋਈ ਪਰਚਾ ਤੇ ਨਹੀਂ ਤੁਹਾਡੇ ਤੇ ਕੋਈ ਕਲੇਸ਼ ਤੇ ਨਹੀਂ ਕੋਈ ਤੁਹਾਡਾ ਪੁਲਿਸ ਰਿਕਾਰਡ ਤੇ ਨਹੀਂ ਪੀਸੀਸੀ ਮਿਲ ਜਾਏਗੀ ਤੁਸੀਂ ਟਰੈਵਲ ਕਰ ਜਾਓਗੇ ਤੁਹਾਨੂੰ ਕੋਈ ਪ੍ਰੋਬਲਮ ਦੋ ਹਿੱਸਿਆਂ 'ਚ ਮੈਂ ਵੰਡਣਾ ਚਾਹੁੰਦਾ ਸੌਖੇ ਤਰੀਕੇ 'ਚ ਅਸੀਂ ਦਰਸ਼ਕਾਂ ਨੂੰ ਸਮਝਾ ਦਈਏ ਕਿ ਇੱਕ ਤਾਂ ਇਹ ਹੈ ਕਿ ਥੋੜੀ ਰਿਲੈਕਸੇਸ਼ਨ ਦੇ ਦਿੱਤੀਆਂ ਇਹ ਠੀਕ ਹੋਊਗਾ ਕਿ ਰਿਲੈਕਸੇਸ਼ਨ ਇਹ ਕਹਿਣਾ ਬਿਲਕੁਲ ਠੀਕ ਹੈ ਰਿਲੈਕਸੇਸ਼ਨ ਦੇਣੀ ਜਿਹੜਾ ਡੱਕਾ ਲੱਗਾ ਸੀ ਅੱਜ ਉਹ ਤੁਰ ਪਿਆ ਕਿ ਜੀ ਲੋਕੀ ਹੁਣ ਘਰਾਂ 'ਚੋਂ ਨਿਕਲਣਗੇ ਅਪਲਾਈ ਕਰਦੇ ਦੂਜਾ ਇਹ ਹੈ ਕਿ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ ਇਸ ਪੂਰੇ ਪ੍ਰੋਸੈਸ ਨੂੰ ਤੁਸੀਂ ਹੁਣ ਅਪਲਾਈ ਕਰ ਸਕਦੇ ਹੋ ਇਹ ਸਰਕਾਰ ਨੇ ਕਹਿਤਾ ਕੈਨੇਡਾ ਦੀ ਨੇ ਬਿਲਕੁਲ ਹੁਣ ਤੱਕ ਸ਼ਸ਼ੋਪੰਥ ਸੀਗਾ ਕਿ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਆਨਲਾਈਨ ਕਲਾਸਿਸ ਹੈ ਜਾਂ ਇਹ ਸੀਗਾ ਕਿ ਟਰੈਵਲ ਦੀ ਹਾਲੇ ਵੀ ਅਸੀਂ ਇਹ ਕਲੀਅਰ ਕਰ ਦਈਏ ਕਿ ਟਰੈਵਲ ਬਾਰੇ ਅਸੀਂ ਨਹੀਂ ਗੱਲ ਕਰ ਰਹੇ ਟਰੈਵਲ ਹਾਲੇ ਨਹੀਂ ਓਪਨ ਹੋਇਆ ਕਿਉਂਕਿ ਇੰਟਰਨੈਸ਼ਨਲ ਫਲਾਈਟਸ ਨਹੀਂ ਚੱਲ ਰਹੀਆਂ ਬਿਲਕੁਲ ਔਰ ਬਾਇਓਮੈਟ੍ਰਿਕ ਵੀ ਹਾਲੇ ਤੱਕ ਬੰਦ ਹੈ ਹਾਲੇ ਤੱਕ ਜਿਹੜੇ ਨਹੀਂ ਬਾਇਓਮੈਟ੍ਰਿਕ ਕੈਨੇਡਾ ਦੇ ਬੰਦ ਹੈ ਇੰਗਲੈਂਡ ਦੇ ਖੁੱਲੇ ਹੋਏ ਇੰਗਲੈਂਡ ਦੇ ਖੁੱਲੇ ਹੈ ਤਾਂ ਇਹ ਕਲੀਅਰ ਕਰ ਦਈਏ ਇੱਕ ਵਾਰ ਫਿਰ ਤੋਂ ਕਿ ਤੁਸੀਂ ਪਹਿਲੇ ਸਟੇਜ ਦੇ ਵਿੱਚ GIC ਔਰ ਦੂਸਰਾ ਹੈਗਾ ਜੀ ਫੀਸ ਟ੍ਰਾਂਸਫਰ ਜੀ ਫੀਸ ਟ੍ਰਾਂਸਫਰ ਔਰ ਤੀਸਰਾ ਤੁਹਾਡੀ LOA ਇਹ ਤਿੰਨ ਚੀਜ਼ਾਂ ਦੇ ਨਾਲ ਪਹਿਲਾ ਸਟੈਪ ਹੈ ਔਰ ਇਸ ਪਹਿਲੇ ਸਟੈਪ ਤੋਂ ਕੀ ਹੋਊਗਾ ਫਿਰ ਕੀ ਵਿਦਿਆਰਥੀ ਜਿਹੜਾ ਉਹ ਕਲਾਸਿਸ 'ਚ ਪੜ੍ਹਨਾ ਸ਼ੁਰੂ ਕਰ ਦੂਗਾ ਆਨਲਾਈਨ ਇੱਥੇ ਬੈਠ ਕੇ ਜਿਹੜੇ ਬੰਦੇ ਜਿਹੜੇ ਸਟੂਡੈਂਟ ਕਹਿੰਦੇ ਆ ਉਹ ਜੀ ਸਾਡਾ ਤੇ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਅਸੀਂ ਮਰੇ ਜਾ ਰਹੇ ਹਾਂ ਕਿ ਅਸੀਂ ਆਨਲਾਈਨ ਪੜ੍ਹਨਾ ਚਾਹੁੰਦੇ ਹਾਂ ਉਹ ਆਪਣੀਆਂ ਆਨਲਾਈਨ ਕਲਾਸਾਂ ਅਪਰੂਵਲ ਇਨ ਪ੍ਰਿੰਸੀਪਲ AIP ਆਉਣ ਤੋਂ ਬਾਅਦ ਉਹ ਆਪਣੀਆਂ ਆਨਲਾਈਨ ਕਲਾਸਾਂ ਸ਼ੁਰੂ ਕਰ ਸਕਦੇ ਆ ਕੀ ਸਟੈਪ 1 ਦਾ ਮਤਲਬ ਹੈ ਵੀ ਵੀਜ਼ਾ ਆ ਗਿਆ ਲੇਕਿਨ ਬੰਦਾ ਜਾਊਗਾ ਬਾਅਦ ਦੇ ਵਿੱਚ ਮੈਂ ਇਹਨੂੰ ਨਹੀਂ ਕਹਿ ਸਕਦਾ ਕਿ ਵੀ ਵੀਜ਼ਾ ਆ ਗਿਆ ਕਿ ਵੀ ਜਾਏਗਾ ਬੰਦਾ ਬਾਅਦ ਚੋਂ ਮੈਂ ਇਹਨੂੰ ਇਦਾਂ ਕਹਿ ਸਕਦਾ ਕਿ ਤੇਰੇ ਹੱਥ 'ਚ ਅਪਰੂਵਲ ਆ ਗਈ ਹੈ ਜੇਕਰ ਤੇਰੇ ਕੋਈ ਬੈਨ ਨਹੀਂ ਲੱਗਾ ਆ ਤੇਰੀ ਮੈਡੀਕਲ ਕਲੀਅਰ ਹੈਗੀ ਹੈ ਤੇਰਾ ਜਿਹੜਾ ਹੈਗਾ ਵਾ ਸਟੂਡੈਂਟ ਦਾ ਕੋਈ ਇੱਥੇ ਪੁਲਿਸ ਕੇਸ ਨਹੀਂ ਹੈਗਾ ਤੇ ਯੈਸ ਬਿਲਕੁਲ ਸਟੂਡੈਂਟ ਬਾਅਦ 'ਚੋਂ ਜਾਏਗਾ ਕਿਉਂਕਿ ਉਹਦੇ 'ਚ ਉਹਨੂੰ ਸਿਰਫ 3 ਚੀਜ਼ਾਂ ਹੀ ਦੇਣੀਆਂ ਬਾਇਓਮੈਟ੍ਰਿਕ ਦੇਣੇ ਆ ਕਿ ਜਿਹੜਾ ਕਿ ਡਿਸਾਈਡ ਕਰੇਗਾ ਕਿਉਂਕਿ ਕਾਫੀ ਲੋਕਾਂ ਦਾ ਪਹਿਲੇ ਬੈਨ ਲੱਗਾ ਆਇਆ ਵਾ ਸੋ ਜਿਨ੍ਹਾਂ ਦਾ ਬੈਨ ਲੱਗਾ ਆਇਆ ਵਾ 5 ਸਾਲ ਦਾ ਆਲਰੇਡੀ ਉਹ ਆਲਰੇਡੀ ਇਨਐਡਮਿਸੇਬਲ ਹੈਗੇ ਆ ਕੈਨੇਡਾ ਦੇ ਵਿੱਚ ਸੋ ਉਹਨਾਂ ਦਾ ਵੀਜ਼ਾ ਨਹੀਂ ਲੱਗੇਗਾ ਜਿਨ੍ਹਾਂ ਦੇ ਮੈਡੀਕਲ ਕਲੀਅਰ ਨਹੀਂ ਹੈ ਉਹਨਾਂ ਦਾ ਵੀਜ਼ਾ ਨਹੀਂ ਲੱਗੇਗਾ ਠੀਕ ਹੈ ਉਹ ਬਿਲਕੁਲ ਅਪਲਾਈ ਨਾ ਕਰਨ ਤੀਸਰਾ ਜਿਹੜਾ ਜਿਨ੍ਹਾਂ ਦੇ ਉੱਤੇ ਕੋਈ ਵੀ ਪੁਲਿਸ ਕੇਸ ਚੱਲ ਰਿਹਾ ਤਾਂ ਇਹ ਚੀਜ਼ਾਂ ਲਿਖੀਆਂ ਨਹੀਂ ਜਾ ਰਹੀਆਂ ਨਹੀਂ ਸਟੈਪ 2 ਦੇ ਵਿੱਚ ਲਿਖਿਆ ਜਾ ਰਿਹਾ ਨਾ ਕਿ ਜੇਕਰ ਅਸੀਂ ਡਾਕੂਮੈਂਟ ਸਵਾਲ ਹੈ ਕਿ GIC ਜਦੋਂ ਕੋਈ ਬੰਦਾ ਭਰ ਦੂਗਾ GIC ਤਾਂ ਸੀ ਕਿ ਕੈਨੇਡਾ 'ਚ ਜਾ ਕੇ ਜੇ ਉਹ ਖਰਚਾ ਨਹੀਂ ਆਪਦਾ ਚੱਲ ਸਕਦਾ ਤਾਂ ਮਹੀਨੇ ਦੇ ਮਹੀਨੇ ਉਹਨੂੰ ਪੈਸਾ ਮਿਲਦਾ ਰਵੇ ਬਿਲਕੁਲ ਜਦੋਂ ਉਹ ਕੈਨੇਡਾ ਜਾ ਹੀ ਨਹੀਂ ਰਿਹਾ ਇੱਥੇ ਸਟੈਪ 1 'ਚ ਫਿਰ GIC ਕਿਉਂ ਭਰਾਈ ਜਾ ਰਹੀ ਹੈ ਚਲੋ ਇਹ ਹੁਣ ਉੱਥੋਂ ਦੀ ਸਰਕਾਰ ਨੂੰ ਹੈਗਾ ਜੀ ਕਿ ਕਿਉਂ ਭਰਾਈ ਜਾ ਰਹੀ ਹੈ ਜਿੱਦਾਂ ਇੱਥੇ ਦੀ ਸਰਕਾਰ ਕਹਿ ਰਹੀ ਹੈ ਕਿ ਜੀ ਸਾਡੇ ਕੋਲ ਇਸ ਵੇਲੇ ਪੋਜੀਸ਼ਨ ਟਾਈਟ ਹੈ ਇਹ ਸਾਡੇ ਕੋਲ ਟੈਕਸਿਸ ਨਹੀਂ ਇਕੱਠੇ ਹੋ ਰਹੇ ਸਾਡੇ ਕੋਲ ਇਹ ਨਹੀਂ ਹੋ ਰਿਹਾ ਸਾਡੇ ਕੋਲ ਉਹ ਨਹੀਂ ਹੋ ਰਿਹਾ ਗਵਰਨਮੈਂਟ ਦੀ ਕਿਤੋਂ ਵੀ ਕਮਾਈ ਨਹੀਂ ਹੋ ਰਹੀ ਸੋ ਜਿਹੜੇ ਗਵਰਨਮੈਂਟ ਦੇ ਕਮਾਈ ਦੇ ਰਿਸੋਰਸਿਸ ਹੈ ਜਿਹੜੇ ਸੋਰਸਿਸ ਹੈ ਉਹਨਾਂ ਨੂੰ ਉਹਨਾਂ ਨੇ ਲਿਫਟ ਕੀਤਾ ਅੱਜ ਜੇਕਰ ਅਸੀਂ ਪੰਜਾਬ ਗਵਰਨਮੈਂਟ ਦੀ ਗੱਲ ਕਰ ਲਈਏ ਜਦੋਂ ਲੋਕਡਾਊਨ ਚੱਲ ਰਿਹਾ ਸੀਗਾ ਬੜੀਆਂ ਇਸ ਚੀਜ਼ ਨੂੰ ਲੈ ਕੇ ਵੀ ਹੰਗਾਮੇ ਹੋਏ ਕਿ ਜੀ ਸ਼ਰਾਬ ਦਾ ਠੇਕੇ ਖਲਾਤੇ ਕਿ ਜੀ ਰਜਿਸਟਰੀਆਂ ਖੋਲਤੀਆਂ ਤੇ ਉੱਥੇ ਸਰਕਾਰ ਨੇ ਵੀ ਕਿਹਾ ਸਾਡੇ CM ਸਾਹਿਬ ਨੇ ਵੀ ਕਿਹਾ ਕਿ ਵੀ ਸਾਨੂੰ ਜਿੱਥੋਂ ਰੈਵੀਨਿਊ ਆਉਣਾ ਵੈ ਕਿ ਵੀ ਐਕਸਾਈਜ਼ ਤੋਂ ਰੈਵੀਨਿਊ ਆਉਣਾ ਸਾਨੂੰ ਰਜਿਸਟਰੀਆਂ ਤੋਂ ਰੈਵੀਨਿਊ ਆਉਣਾ ਸੋ ਜਿੱਥੋਂ ਜਿੱਥੋਂ ਰੈਵੀਨਿਊ ਆਉਣਾ ਸਰਕਾਰ ਕੋਲ ਪੈਸਾ ਆਏਗੀ ਤੇ ਸਰਕਾਰ ਵੰਡੇਗੀ ਸੋ ਮੇਰਾ ਖਿਆਲ ਹੈ ਕਿ ਵੀ ਉੱਥੇ ਵੀ ਇਹੀ ਚੀਜ਼ ਹੈਗੀ ਹੈ ਕਿ ਉੱਥੋਂ ਦੀ ਸਰਕਾਰ ਨੂੰ ਜੇਕਰ ਅਸੀਂ GIC ਦੀ ਗੱਲ ਕਰ ਲਈਏ ਤਕਰੀਬਨ $27-28 million ਦਾ ਸਾਲ ਦਾ ਰੈਵੀਨਿਊ ਹੈ ਠੀਕ ਹੈ ਜਿਹੜਾ ਉਹ ਕੈਸ਼ ਸਰਪਲਸ ਇਕੱਠਾ ਹੁੰਦਾ ਉਹ ਬਿਲੀਅਨਸ ਦੇ ਵਿੱਚ ਹੈ ਮਿਲੀਅਨਸ ਨਹੀਂ ਹੈ ਬਿਲੀਅਨਸ ਦੇ ਵਿੱਚ ਹੈਗਾ ਵੈ ਸੋ ਇਹ ਸਟੂਡੈਂਟ ਵੀਜ਼ਾ ਇੰਡਸਟਰੀ ਜਿਹੜੀ ਹੈ ਬਿਲੀਅਨਸ ਦੇ ਵਿੱਚ ਹੈ ਜਦੋਂ ਕੱਲ੍ਹ ਅਨਾਊਂਸਮੈਂਟ ਹੋਈ ਇਹਦੇ ਥੱਲੇ CIC ਨਿਊਜ਼ ਗੂਗਲ ਦੇ ਉੱਤੇ ਜਾ ਕੇ ਟਾਈਪ ਕਰਨਾ CIC ਨਿਊਜ਼ ਜਿਹੜੇ ਸਟੂਡੈਂਟ ਜਿਹੜੇ ਬੰਦੇ ਮੇਰੇ ਨਾਲ ਮੇਰੀ ਸਨੈਪਚੈਟ 'ਤੇ ਜੁੜੇ ਹੋਏ ਨੇ ਗੁਰਿੰਦਰ ਭੱਟੀ ਦੇ ਨਾਲ ਉੱਥੇ ਉਹ ਅੱਜ ਦੇ ਮੇਰੇ ਸਨੈਪ ਜਿਹੜੇ ਮੈਂ ਪੋਸਟ ਪਾਈਆਂ ਉਹਨੂੰ ਵੀ ਦੇਖ ਸਕਦੇ ਨੇ ਕਿ 5-7 ਨਿਊਜ਼ ਇਕੱਠੀਆਂ ਆਈਆਂ ਔਰ 'ਚੋਂ ਇੱਕ ਨਿਊਜ਼ ਹੋਰ ਵੀ ਹੈਗੀ ਸੀਗੀ ਕਿ ਜਸਟਿਨ ਟਰੂਡੋ ਨੇ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਜਿਹੜੀ ਉੱਥੋਂ ਸਬਸਿਡੀ ਹੈ ਵੇਜ ਸਬਸਿਡੀ ਆ ਸਪਟੈਂਬਰ ਤੋਂ ਵਧਾ ਕੇ ਦਸੰਬਰ ਕਰ ਦਿੱਤੀ
ਪਲੀਜ਼ ਇੱਕ ਚੀਜ਼ ਅੰਡਰਸਟੈਂਡ ਕਰੋ ਭਾਜੀ ਕਿ ਵੀ ਉੱਥੇ ਕੈਨੇਡਾ ਦੇ ਵਿੱਚ ਸਾਡਾ ਵੀ ਕਾਰੋਬਾਰ ਹੈ, ਅਸੀਂ ਕੈਨੇਡਾ ਹੀ ਕਾਰੋਬਾਰ ਕਰਦੇ ਹਾਂ, ਸਾਨੂੰ ਵੀ ਉੱਥੇ ਗਵਰਨਮੈਂਟ ਵੱਲੋਂ ਸਾਡੇ ਕਾਰੋਬਾਰ ਵਾਸਤੇ ਸਬਸਿਡੀ ਮਿਲਦੀ ਹੈ, ਠੀਕ ਹੈ, ਕਿ ਜਿਸ ਕਾਰੋਬਾਰ ਬੰਦ ਨਾ ਹੋਣ ਇਹ ਲੋਕਡਾਊਨ ਦੇ ਪੀਰੀਅਡ ਦੇ ਦੌਰਾਨ, ਇਹ ਕੋਰੋਨਾ ਦੇ ਪੀਰੀਅਡ ਦੇ ਦੌਰਾਨ, ਹੁਣ ਉਹਨਾਂ ਨੇ ਸਪਟੈਂਬਰ ਤੱਕ ਕਿਹਾ ਸੀ ਉਹਨੂੰ ਅੱਗੇ ਵਧਾ ਕੇ ਉਹਨਾਂ ਨੇ ਦਸੰਬਰ ਤੱਕ ਕਰਤਾ, ਸੋ ਜਿਹੜਾ ਦਸੰਬਰ ਤੱਕ ਕਰਤਾ ਉਹਨਾਂ ਨੇ ਇਹ ਕਿਹਾ ਕਿ ਵੀ ਜਿਹਦੇ ਬਿਜ਼ਨਸਿਸ 'ਚ ਇਨਕਮ ਨਹੀਂ ਆ ਰਹੀ ਉਹ ਬਿਜ਼ਨਸਿਸ ਨੂੰ ਸਰਕਾਰ ਸਪੋਰਟ ਕਰ ਰਹੀ ਹੈ। ਹੁਣ ਜਿੰਨੇ ਵੀ ਕਾਲਜਿਸ ਨੇ ਉੱਥੇ ਉਹਨਾਂ ਦਾ ਇੱਕ ਬਹੁਤ ਵੱਡਾ ਸੋਰਸ ਆਫ ਰੈਵੀਨਿਊ ਹੈ ਇੰਟਰਨੈਸ਼ਨਲ ਸਟੂਡੈਂਟ। ਅੱਜ ਇੰਟਰਨੈਸ਼ਨਲ ਸਟੂਡੈਂਟ ਆਫਰ ਲੈ ਕੇ ਬੈਠਾ ਆ ਬਟ ਫੀਸ ਨਹੀਂ ਟ੍ਰਾਂਸਫਰ ਕਰ ਰਿਹਾ, ਇਹ ਟੂ ਸਟੈਪ ਦੇ ਨਾਲ ਹੁਣ ਫੀਸਾਂ ਟ੍ਰਾਂਸਫਰ ਹੋਣੀਆਂ ਸ਼ੁਰੂ ਹੋ ਜਾਣਗੀਆਂ, ਪੈਸਾ ਉੱਥੇ ਜਾਣਾ ਸ਼ੁਰੂ ਹੋ ਜਾਏ। ਇਹ ਹੋ ਸਕਦਾ ਵੀ ਸਟੈਪ 1 ਤੇ ਇੱਥੇ ਜਿਹੜਾ ਸਟੂਡੈਂਟ ਹੈ ਉਹ ਪੜ੍ਹਾਈ ਸ਼ੁਰੂ ਕਰਦੇ ਆ ਆਨਲਾਈਨ, ਪੈਸਾ ਭਰਦੇ, GIC ਫੀਸ ਸਭ ਕੁਝ ਭਰਿਆ ਗਿਆ, ਪਰ ਸਟੈਪ 2 ਤੇ ਜਾ ਕੇ ਉਹਦਾ ਵੀਜ਼ਾ ਰਿਜੈਕਟ ਹੋ ਜੇ। ਹੋ ਸਕਦਾ, ਬਿਲਕੁਲ ਹੋ ਸਕਦਾ, ਔਰ ਫਿਰ ਉਹਦਾ ਪੈਸਾ ਜਿਹੜਾ ਉਹ ਉਹਦਾ ਨੁਕਸਾਨ ਹੋ ਜੂ। ਬਹੁਤ ਸੋਹਣੀ ਗੱਲ ਹੈ, ਇਹਨੂੰ ਡਿਟੇਲ ਦੇ ਵਿੱਚ ਮੈਂ ਦੱਸ ਦੇਣਾ ਚਾਹਾਂਗਾ, ਜਿਹੜਾ ਵੀ ਕੋਈ ਸਟੂਡੈਂਟ, ਹਾਂ ਉਹਦਾ ਨੁਕਸਾਨ ਹੋਏਗਾ 100% ਨੁਕਸਾਨ, ਸੋ ਜਿਹੜਾ ਵੀ ਕੋਈ ਸਟੂਡੈਂਟ ਅੱਜ ਇਹਦੇ ਵਿੱਚ ਲਿਖਿਆ ਸਟੂਡੈਂਟ, ਮੈਂ ਨਾ ਸਵੇਰ ਦਾ ਅੱਜ ਦੇਖ ਰਿਹਾ ਸੀ, ਰਾਤੀ ਕੱਲ੍ਹ 1:30 ਵਜੇ ਦੀ ਨਿਊਜ਼ ਹੈ, ਅਤੇ ਰਾਤ ਨੂੰ ਮਤਲਬ ਤਕਰੀਬਨ ਉਹ ਸਟੱਡੀ ਕਰ ਰਿਹਾ ਸੀ UK ਦੀ, ਕੁਝ ਗਾਈਡਲਾਈਨਸ ਪੜ੍ਹ ਰਿਹਾ ਸੀ ਸਪੈਸ਼ਲੀ ਇਨਸੋਲਵੈਂਸੀ ਦੀ, ਕਿ ਜਿਹੜੀਆਂ 13 ਯੂਨੀਵਰਸਿਟੀਆਂ ਦਾ ਬੜਾ ਰੌਲਾ ਪਿਆ ਜੀ, ਉਹ ਐਕਟ ਪੜ੍ਹਦਾ ਪਿਆ ਸੀਗਾ, ਅਤੇ ਨਾਲ ਹੀ ਇਹ ਵਾਲੀ ਨਿਊਜ਼ ਸਾਹਮਣੇ ਆਈ, ਅਸੀਂ ਕਾਨਫਰੰਸ ਕਾਲ ਕੀਤੀ ਕਿ ਵੀ ਇੱਦਾਂ ਇੱਦਾਂ ਹੀ ਕਿ ਕੋਈ ਗੱਲ ਨਹੀਂ ਨੋਰਮਲ ਨਿਊਜ਼ ਹੈ। ਮੈਂ ਸਵੇਰੇ ਜਦੋਂ ਤਕਰੀਬਨ 8 ਵਜੇ ਉੱਠਿਆ, 9 ਵਜੇ ਔਨਵਰਡਸ ਮੈਨੂੰ ਨਹੀਂ ਲੱਗਦਾ ਕਿ ਵੀ ਸ਼ਹਿਰ ਦਾ ਕੋਈ ਵੀ ਇੱਦਾਂ ਦਾ ਬੰਦਾ ਸੀ ਜਿਹੜਾ ਅੱਜ ਆਪਣੇ ਫੇਸਬੁੱਕ 'ਤੇ ਲਾਈਵ ਨਹੀਂ ਬੈਠਾ ਆ ਸਵੇਰੇ ਸਵੇਰੇ ਕਿ ਜੀ ਇੱਦਾਂ ਹੋ ਗਿਆ, ਉੱਦਾਂ ਹੋ ਗਿਆ, ਚਲੋ ਜੀ ਘਰਾਂ 'ਚੋਂ ਨਿਕਲੋ ਜੀ ਅਪਲਾਈ ਕਰ ਦਿਓ। ਪਲੀਜ਼ ਇੱਕ ਚੀਜ਼ ਅੰਡਰਸਟੈਂਡ ਕਰੋ ਕਿ ਜੇਕਰ ਤੁਸੀਂ ਪੜ੍ਹਾਈ ਕਰਨੀ ਹੈ, ਆਨਲਾਈਨ ਕੋਰਸ ਕਰਨਾ, ਕਿ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਲਈ ਚੱਲਿਓ, ਤੁਹਾਨੂੰ ਵਰਕ ਪਰਮਿਟ ਜਾਂ PR ਜਾਂ ਕੈਨੇਡਾ ਪਹੁੰਚਣ ਦੇ ਨਾਲ ਕੋਈ ਮਤਲਬ ਨਹੀਂ ਗਾ, ਤੁਹਾਨੂੰ ਸਿਰਫ਼ ਔਰ ਸਿਰਫ ਪੜ੍ਹਾਈ ਦੇ ਨਾਲ ਮਤਲਬ ਹੈ। ਪਲੀਜ਼ ਇਹ ਤੁਹਾਡੇ ਵਾਸਤੇ ਬਹੁਤ ਵਧੀਆ ਸਿਸਟਮ ਉਹਨਾਂ ਨੇ ਕੱਢਤਾ ਕਿ ਤੁਸੀਂ ਆਪਣਾ ਹੁਣ ਫੀਸ ਜਮ੍ਹਾਂ ਕਰਾਓ, GIC ਪੇ ਕਰੋ ਅਤੇ ਆਪਣੀ ਫਾਈਲ ਸਬਮਿਟ ਕਰੋ। ਜਦੋਂ ਤੁਸੀਂ ਆਪਣੀ ਫਾਈਲ ਸਬਮਿਟ ਕਰ ਦਿਓਗੇ, ਤੁਹਾਨੂੰ ਅਪਰੂਵਲ ਇਨ ਪ੍ਰਿੰਸੀਪਲ 90% 100% 98-99% ਲੋਕਾਂ ਨੂੰ ਅਪਰੂਵਲ ਇਨ ਪ੍ਰਿੰਸੀਪਲ ਮਿਲੇਗਾ ਹੀ ਮਿਲੇਗਾ, ਠੀਕ ਹੈ, ਕਿ ਵੀ ਜੇ 100 ਬੰਦਾ ਅਪਲਾਈ ਕਰ ਰਿਹਾ, 99 ਬੰਦੇ ਨੂੰ AIP ਮਿਲ ਜਾਏਗਾ। ਉਹ AIP ਲੈ ਕਰਕੇ ਉਹ ਆਨਲਾਈਨ ਏਜੰਟ ਵੱਲੋਂ ਕਿਹਾ ਜਾਣਾ, ਚੱਲ ਵੀ ਕਾਕਾ ਹੁਣ ਆਨਲਾਈਨ ਆਪਣੀਆਂ ਕਲਾਸਿਸ ਸ਼ੁਰੂ ਕਰ ਦਿਓ। ਹੁਣ ਧਿਆਨ ਨਾਲ ਸਮਝੋ ਇਸ ਚੀਜ਼ ਨੂੰ, ਜਦੋਂ ਤੁਸੀਂ ਆਨਲਾਈਨ ਕਲਾਸਿਸ ਸ਼ੁਰੂ ਕਰਤੀਆਂ, ਤੁਹਾਡਾ ਵੀਜ਼ਾ ਟਰੈਵਲ ਦਾ ਨਹੀਂ ਆਇਆ, ਤੁਹਾਨੂੰ ਅਪਰੂਵਲ ਆਈ ਹੈ, ਤੁਸੀਂ ਆਨਲਾਈਨ 4 ਮਹੀਨੇ ਪੜ੍ਹ ਲਿਆ, ਉਹਦੇ ਬਾਅਦ ਚੋਂ ਪਰਮਾਤਮਾ ਨਾ ਕਰੇ, ਮੈਨੂੰ ਨਹੀਂ ਪਤਾ, ਤੁਹਾਨੂੰ ਨਹੀਂ ਪਤਾ, ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਨਹੀਂ ਪਤਾ ਕਿ ਵੀ ਕਰੋਨਾ ਸਾਨੂੰ ਅਗਲੇ ਮਿੰਟ ਨਹੀਂ ਹੋ ਜਾਣਾ ਜਾਂ ਆਲਰੇਡੀ ਹੋਇਆ ਤਾਂ ਨਹੀਂ ਆ, ਇਹ ਤਾਂ ਜਿੱਦਣ ਮੈਡੀਕਲ ਕਰਾਵਾਂਗੇ ਉਦਣ ਪਤਾ ਲੱਗੇਗਾ ਕਿ ਵੀ ਮੈਡੀਕਲ ਕਰਾਇਆ, ਮੈਡੀਕਲ ਦੇ ਵਿੱਚ ਕੋਈ ਸਾਡੇ ਪ੍ਰੋਬਲਮ ਆ ਗਈ ਕਿ ਵੀ ਜਿਸ ਕਰਕੇ ਅਸੀਂ ਟਰੈਵਲ ਨਹੀਂ ਕਰ ਪਾ ਰਹੇ। ਜਿਹੜਾ ਤੁਹਾਡਾ ਉੱਥੇ ਪੈਸਾ ਗਿਆ ਹੋਇਆ ਵੈ ਫੀਸ ਦਾ, ਔਰ ਉਹਦੇ 'ਚੋਂ ਜਿੰਨੀ ਦੇਰ ਤੁਸੀਂ ਆਨਲਾਈਨ ਪੜ੍ਹਾਈ ਕੀਤੀ ਹੈ, ਉਹ ਪੈਸੇ ਨਹੀਂ ਵਾਪਸ ਆਉਣੇ। ਸੋ ਸਟੂਡੈਂਟ ਨੂੰ ਇਹ ਕਿਹਾ ਗਿਆ ਕਿ ਵੀ ਸਟੂਡੈਂਟ ਕੈਨ ਪਰਸਿਊ ਵਿਦ ਦੇਅਰ ਆਨਲਾਈਨ ਕਲਾਸਿਸ, ਉਹਨਾਂ ਨੇ ਇਹ ਨਹੀਂ ਕਿਹਾ ਕਿ ਸਟੂਡੈਂਟ ਮਸਟ ਪਰਸਿਊ ਵਿਦ ਦਾ ਆਨਲਾਈਨ ਕਲਾਸਿਸ, ਕਿ ਹੁਣ ਜਿਹੜੇ ਏਜੰਟ ਕਦੀ ਵੀ ਇਹ ਕਹਿੰਦੇ ਸੀ, ਸ਼ੁਰੂ ਤੋਂ ਕਾਫੀ ਲੋਕ ਇੱਦਾਂ ਦੇ ਆ ਕਿ ਜਿਹੜੇ ਕਹਿੰਦੇ ਆਨਲਾਈਨ ਪੜ੍ਹਾਈ ਕਰੋ ਜੀ, ਆਨਲਾਈਨ ਪੜ੍ਹਾਈ ਕਰੋ, ਕਿਉਂਕਿ ਉੱਥੇ ਕਾਲਜਾਂ ਤੋਂ ਆਫਰਾਂ ਮਿਲਦੀਆਂ ਪਈਆਂ ਸੀ, $500 ਦੇਵਾਂਗੇ, $1000 ਦੇਵਾਂਗੇ। ਹੁਣ ਇਹ ਵਾਲੀ ਰੈਗੂਲੇਸ਼ਨ ਆਉਣ ਦੇ ਨਾਲ ਸਵੇਰ ਦੇ ਮੈਂ ਘੱਟੋ ਘੱਟ 20 ਬੰਦਿਆਂ ਨੂੰ ਆਹ ਸੇਮ ਵਰਡ ਕਹਿੰਦੇ ਦੇਖ ਲਏ, ਅਸੀਂ ਜੀ ਕਦੀ ਵੀ ਆਨਲਾਈਨ ਪੜ੍ਹਾਈ ਪ੍ਰਮੋਟ ਨਹੀਂ ਸੀ ਕਰਦੇ, ਬਟ ਅੱਜ ਅਸੀਂ ਕਹਿ ਰਹੇ ਹਾਂ ਤੁਸੀਂ ਆਨਲਾਈਨ ਕੋਰਸ ਸ਼ੁਰੂ ਕਰੋ, ਕਿਉਂਕਿ ਹੁਣ ਜਿੰਨੇ ਕੁ ਪੈਸੇ ਉਹਨਾਂ ਨੇ ਬਚਾਏ ਹੋਏ ਸੀ ਉਹ ਵੀ ਖਰਚਾ ਹੋਣਾ ਸ਼ੁਰੂ ਹੋ ਗਿਆ, ਅਤੇ ਸਤੰਬਰ ਇਨਟੇਕ ਵੀ ਨਹੀਂ ਹੁੰਦਾ ਦਿਸਦਾ ਪਿਆ ਕਿ ਜੀ ਅਗਲਾ ਜਨਵਰੀ ਹੈ, ਕਿੱਥੋਂ ਖਰਚੇ ਕੱਢਾਂਗੇ। ਕਿ ਰੱਬ, ਸ਼ੁਕਰ ਹੈ ਰੱਬ ਦਾ, ਇਹ ਵਾਲੀ ਤੁਹਾਡੀ ਅਨਾਊਂਸਮੈਂਟ ਸਰਕਾਰ ਨੇ ਕਰਤੀ, ਅਤੇ ਹੁਣ ਜਿਹੜਾ ਵਾ ਆਨਲਾਈਨ ਕੋਰਸ ਕਰ ਦਿਓ। ਆਨਲਾਈਨ ਕੋਰਸ ਸਿਰਫ ਉਹ ਸਟੂਡੈਂਟ ਸ਼ੁਰੂ ਕਰੇ ਕਿ ਵੀ ਜਿਹਨੂੰ ਹੈਗਾ ਕਿ ਯਾਰ ਮੈਨੂੰ ਪਾਸਪੋਰਟ ਦੇ ਉੱਤੇ ਵੀਜ਼ਾ ਲੱਗਾ ਅਤੇ ਮੈਨੂੰ ਕਿਸੇ ਵੀ ਹੋਰ ਅਪਰੂਵਲ ਦੀ ਲੋੜ ਨਹੀਂ, ਮੈਂ ਜਹਾਜ਼ ਦੀ ਟਿਕਟ ਬੁੱਕ ਕਰਾਉਣੀ ਔਰ ਜਾਣਾ। AIP ਇਜ਼ ਨੋਟ ਯੋਰ ਵੀਜ਼ਾ, AIP ਵੀਜ਼ਾ ਨਹੀਂ ਹੈ, AIP ਤੁਹਾਡਾ ਸਿਰਫ ਅਪਰੂਵਲ ਇਨ ਪ੍ਰਿੰਸੀਪਲ ਹੈ ਕਿ ਤੁਹਾਡੀ ਐਪਲੀਕੇਸ਼ਨ ਐਕਸੈਪਟ ਹੋ ਗਈ ਹੈ, ਤੁਸੀਂ ਮੈਡੀਕਲ ਕਰਾਓਗੇ, ਬਾਇਓਮੈਟ੍ਰਿਕ ਕਰਾਓਗੇ, PCC ਕਰਾਓਗੇ, ਦਿਓਗੇ, ਸਬਮਿਟ ਕਰੋਗੇ, ਜਦੋਂ ਤੁਹਾਨੂੰ ਕਿਹਾ ਜਾਏਗਾ ਉਦੋਂ ਤੁਸੀਂ ਤੁਹਾਨੂੰ ਵੀਜ਼ਾ ਮਿਲੇਗਾ, ਟਰੈਵਲ ਰਿਸਟ੍ਰਿਕਸ਼ਨਸ ਤੁਹਾਡੀਆਂ ਉਦੋਂ ਹਟਣਗੀਆਂ, ਤੁਸੀਂ ਉਦੋਂ ਟਰੈਵਲ ਕਰ ਸਕਦੇ ਹੋ। ਰੱਬ ਨਾ ਕਰੇ, ਖੁਦਾ ਨਾ ਖਾਸਤਾ, ਮੈਂ ਕਹਿੰਦਾ ਸਾਰਿਆਂ ਦਾ ਯਾਰ ਵੀਜ਼ਾ ਆ ਜੇ, ਬਟ ਖੁਦਾ ਨਾ ਖਾਸਤਾ ਜਿਸ ਬੱਚੇ ਨੇ ਇੱਥੇ ਏਜੰਟ ਦੇ ਕਹਿਣ 'ਤੇ ਆਪਣੀ ਆਨਲਾਈਨ ਪੜ੍ਹਾਈ ਸ਼ੁਰੂ ਕਰ ਲਈ ਔਰ ਉਹਦਾ ਵੀਜ਼ਾ ਕਿਸੇ ਵੀ ਕਾਰਨ ਨਹੀਂ ਆਇਆ, ਉਹ ਪੈਸੇ ਮਿੱਟੀ ਹੋਏ ਨੇ। GIC ਤਾਂ ਮੁੜੂਗੀ, GIC ਤੁਹਾਡਾ ਮੁੜੇਗਾ, GIC 'ਚ ਕੋਈ ਪੈਸੇ ਦੀ ਕਟੌਤੀ ਨਹੀਂ ਹੈ, ਕਿਉਂਕਿ GIC ਤੁਹਾਡਾ ਇਨੀਸ਼ੀਏਟ ਉਦੋਂ ਹੋਣਾ ਵੈ ਜਦੋਂ ਤੁਸੀਂ ਉੱਥੇ ਐਕਟਿਵ ਉਦੋਂ ਹੋਣਾ ਵੈ ਜਦੋਂ ਤੁਸੀਂ ਉੱਥੇ ਕੈਨੇਡਾ ਪਹੁੰਚ ਜਾਓਗੇ। ਇਹ ਸਿਰਫ ਔਰ ਸਿਰਫ ਤੁਹਾਡੇ ਕੋਲ ਕਾਲਜ ਫੀਸ 'ਚੋਂ ਪੈਸੇ ਕੱਟੇ ਜਾਣਗੇ ਜੇ ਆਨਲਾਈਨ ਕਲਾਸਿਸ ਸ਼ੁਰੂ ਕਰ ਲੈਂਦੇ ਆ।
ਪਰ ਇਸ ਪੂਰੇ ਪ੍ਰੋਸੈਸ 'ਚ ਮੈਨੂੰ ਕਿਤੇ ਵੀ ਆਇਲਸ ਨਜ਼ਰ ਨਹੀਂ ਆ ਰਹੀ ਕਿ ਆਇਲਸ ਕਿੱਥੇ ਜ਼ਰੂਰੀ ਕੀਤੀ ਗਈ। ਆਇਲਸ ਜ਼ਰੂਰੀ ਨਾ ਪਹਿਲੇ ਸੀ ਨਾ ਹੁਣ ਹੈ, ਆਇਲਸ ਤੁਹਾਡੇ ਕੋਲ ਕਾਲਜ ਮੰਗਦਾ। ਦੂਸਰੇ ਨੰਬਰ ਤੇ ਉਹਨਾਂ ਨੇ ਲਿਖਿਆ ਵਾ ਕਨਫਰਮੇਸ਼ਨ ਆਫ ਐਨਰੋਲਮੈਂਟ ਵਿਦ ਦਾ ਡੀਐਲਆਈ ਕਾਲਜ ਇਨ ਕੈਨੇਡਾ। ਇੱਥੇ ਉਹਨੇ ਕੋਈ ਪ੍ਰਾਈਵੇਟ ਕਾਲਜ ਦੀ ਗੱਲ ਨਹੀਂ ਕੀਤੀ, ਉੱਥੇ ਇੱਥੇ ਉਹਨੇ ਕੋਈ ਪਬਲਿਕ ਕਾਲਜ ਦੀ ਗੱਲ ਨਹੀਂ ਕੀਤੀ, ਇੱਥੇ ਉਹਨੇ ਕੋਈ ਯੂਨੀਵਰਸਿਟੀ ਦੀ ਗੱਲ ਨਹੀਂ ਕੀਤੀ। ਉਹਨੇ ਕਿਹਾ ਕਨਫਰਮੇਸ਼ਨ ਆਫ ਐਨਰੋਲਮੈਂਟ ਵਿਦ ਡੀਐਲਆਈ ਕਾਲਜ ਇਨ ਕੈਨੇਡਾ ਕਿ ਤੁਹਾਨੂੰ ਉੱਥੇ ਡੀਐਲਆਈ ਕਾਲਜ ਤੁਹਾਨੂੰ ਐਲਓਏ ਦੇ ਦਿੰਦਾ। ਤੀਜੇ ਨੰਬਰ ਤੇ ਕਿਹਾ ਸਟੇਟਸ ਆਫ ਫੀਸ ਟ੍ਰਾਂਸਫਰ ਕਿ ਤੁਸੀਂ ਪੈਸਾ ਬਾਹਰ ਟ੍ਰਾਂਸਫਰ ਕੀਤਾ ਉਹਦੀ ਰਸੀਦ ਨਾਲ ਦੇ ਦਿਓ, ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। ਸੋ ਪ੍ਰੈਕਟੀਕਲੀ ਜੇ ਇਹਨੂੰ ਮੈਂ ਓਵਰਵਿਊ ਦੇਖਾਂ, ਪੂਰਾ ਓਵਰਆਲ ਸਿਨੈਰੀਓ ਦੇਖਾਂ, ਸਰਕਾਰ ਦਾ ਬਿਲੀਅਨਸ ਆਫ ਡਾਲਰ ਜਿਹੜਾ ਵਾ ਲੱਗਾ ਵਾ ਇਹ ਮਹਾਮਾਰੀ ਦੇ ਵਿੱਚ ਆਪਣੇ ਲੋਕਾਂ ਨੂੰ, ਆਪਣੀ ਕਹਿ ਲਓ ਕਿ ਵੀ ਕੰਟਰੀ ਨੂੰ ਬਚਾਉਣ ਵਾਸਤੇ, ਉੱਥੋਂ ਦੇ ਲੋਕਾਂ ਨੂੰ ਬਚਾਉਣ ਵਾਸਤੇ। ਹੁਣ ਸਟੂਡੈਂਟ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ, ਜੀਆਈਸੀ ਦੇ ਨਾਲ ਕੈਸ਼ ਕੋਹਟ ਉੱਥੇ ਇਕੱਠੀ ਹੁੰਦੀ ਆ। ਅੱਜ ਜੇਕਰ ਇੱਕ ਕਾਲਜ 1500 ਐਲਓਏ ਕੱਢ ਸਕਦਾ, ਉਹਨੇ 15,000 ਆਫਰ ਲੈਟਰ ਇਸ਼ੂ ਕੀਤੀ, ਬਟ ਫੀਸ ਟ੍ਰਾਂਸਫਰ ਇੱਥੋਂ ਸਟੂਡੈਂਟ ਨਹੀਂ ਕਰਾ ਰਿਹਾ ਕੈਨੇਡਾ ਦੀ। ਉਹ ਕਹਿੰਦਾ ਫੀਸ ਉਦੋਂ ਟ੍ਰਾਂਸਫਰ ਕਰਾਵਾਂਗਾ ਜਿੱਦਣ ਵੀਐਫਐਸ ਖੁੱਲੇਗੀ, ਜਿੱਦਣ ਫਲਾਈਟਾਂ ਖੁੱਲਣਗੀਆਂ। ਹੁਣ ਇਹ ਵਾਲੀ ਨਿਊਜ਼ ਆਉਣ ਦੇ ਨਾਲ ਅੱਜ ਏਜੰਟਸ ਦੇ ਹਰ ਸਟੂਡੈਂਟ ਨੂੰ ਫੋਨ ਚਲਾ ਗਿਆ ਹੈਗਾ, ਫਟਾਫਟ ਫੀਸ ਟ੍ਰਾਂਸਫਰ ਕਰਾਓ, ਦੇਖੋ ਕੱਲ੍ਹ ਕੈਨੇਡਾ ਨੇ ਰੂਲ ਚੇਂਜ ਕਰਤੇ, ਫਟਾਫਟ ਫੀਸ ਟ੍ਰਾਂਸਫਰ ਕਰਾਓ। ਉਹ ਜਿਹੜੇ ਕਾਊਂਸਲਰਸ ਬੈਠੇ ਉਹਨਾਂ ਨੂੰ ਆਪ ਵੀ ਨਹੀਂ ਡਿਟੇਲ 'ਚ ਪਤਾ ਹੋਣਾ ਕਿ ਐਕਚੁਅਲ ਇਹ ਸਿਨੈਰੀਓ ਕੀ ਹੈ। ਸਿਰ ਉੱਪਰੋਂ ਆਰਡਰ ਆਇਆ ਫਟਾਫਟ ਬੱਚਿਆਂ ਨੂੰ ਫੋਨ ਕਰਕੇ ਫੀਸਾਂ ਟ੍ਰਾਂਸਫਰ ਕਰਾਓ, ਕਿਉਂਕਿ ਫੀਸਾਂ ਟ੍ਰਾਂਸਫਰ ਕਰਾਉਣਗੇ ਏਆਈਪੀ ਤਾਂ ਚੌਥੇ ਦਿਨ ਆਏ ਨਾ, ਤੁਸੀਂ ਅੱਜ ਫਾਈਲ ਸਬਮਿਟ ਕਰਾਈ, ਚੌਥੇ ਦਿਨ ਤੁਹਾਡੇ ਕੋਲ ਏਆਈਪੀ ਆਏ ਨਾ। ਦੈਟ ਮੀਨਸ ਤੁਸੀਂ ਇੱਥੇ ਬੈਠ ਕਰਕੇ ਅਗਲੇ ਮਹੀਨੇ ਤੋਂ ਆਨਲਾਈਨ ਕਲਾਸਾਂ ਸ਼ੁਰੂ ਕਰੋਗੇ। ਉਹ ਭਲੇ ਮਾਨਸੋ, ਇੱਕ ਚੀਜ਼ ਆਪਣੀ ਬੇੜੀ ਥੱਲੇ ਸੋਟਾ ਜ਼ਰੂਰ ਮਾਰ ਲੈਣਾ। ਇੱਥੇ ਆਇਲਸ ਕਰਨ ਲੱਗਿਆਂ ਸਾਡੀਆਂ ਚੀਕਾਂ ਨਿਕਲਦੀਆਂ, ਇੱਥੇ ਆਇਲਸ ਕਰਨ ਲੱਗਿਆਂ ਸਾਨੂੰ ਦੋ ਦੋ ਤਿੰਨ ਤਿੰਨ ਮਹੀਨੇ ਕਹਿ ਲਓ ਬੁਖਾਰ ਚੜਿਆ ਰਹਿੰਦਾ, ਹਾਏ ਆਇਲਸ ਕਰਦੇ ਪਏ ਹਾਂ। ਐਂਡ ਆਨਲਾਈਨ ਕਲਾਸਾਂ ਅਸੀਂ ਬਿਨਾਂ ਕਿਸੇ ਸਪੋਰਟ ਤੋਂ ਇੱਥੋਂ ਪੜ੍ਹਨ ਦੀ ਗੱਲ ਕਰਦੇ ਪਏ ਹਾਂ ਕਿ ਇਹ ਵਾਕਈ ਰਿਐਲਿਟੀ ਹੈ ਕਿ ਸਾਡੇ ਪੰਜਾਬ 'ਚ ਇੱਦਾਂ ਦੇ ਸਟੂਡੈਂਟ? ਮੈਂ ਕਹਿੰਦਾ 5-10% ਹੋਣਗੇ, ਬਟ ਜੇਕਰ 90% ਦੀ ਗੱਲ ਕਰ ਲਾਂ, ਉਹ ਕਨੇਡਾ ਜਾ ਕੇ ਪੜ੍ਹਾਈ ਕਰਨ ਦੇ ਪੈਸੇ ਖਰਚ ਰਿਹਾ ਕਿ ਇੱਥੇ ਆਨਲਾਈਨ ਪੜ੍ਹਨ ਦੇ ਪੈਸੇ ਖਰਚ ਰਿਹਾ? ਤੋ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਕਲੀਅਰ ਔਰ ਅਵੇਅਰ ਰਹਿਣਾ ਪੈਣਾ ਇਸ ਚੀਜ਼ ਨੂੰ ਕਿ ਭਾਈ ਮੈਂ ਪੈਸੇ ਦੇ ਦੇਣਾ, ਮੈਨੂੰ ਏਆਈਪੀ ਦਵਾ ਦਿਓ, ਮੈਨੂੰ ਇਹ ਚੀਜ਼ ਰਿਟਰਨ ਦੇ ਵਿੱਚ ਦੇ ਦਿਓ ਕਿ ਮੈਂ ਆਨਲਾਈਨ ਕਲਾਸ ਨਹੀਂ ਸ਼ੁਰੂ ਕਰਨੀ। ਜੇ ਮੇਰਾ ਵੀਜ਼ਾ ਲੱਗੇਗਾ, ਮੇਰੇ ਪਾਸਪੋਰਟ 'ਤੇ ਵੀਜ਼ਾ ਲੱਗੇਗਾ, ਮੈਂ ਉਦਨ ਜੇਬ 'ਚੋਂ ਪੈਸੇ ਕੱਢਾਂਗਾ। ਅਤੇ ਜੇ ਮੇਰੀ ਫੀਸ ਭਰਾਈ ਜਾ ਰਹੀ ਹੈ, ਭਰਾ ਲਓ, ਕੋਈ ਗੱਲ ਨਹੀਂ, ਮੈਨੂੰ ਤੁਸੀਂ ਲੈਟਰ ਹੈਡ 'ਤੇ ਲਿਖ ਕੇ ਦੇ ਦੇ ਏਜੰਟ ਕਿ ਜੇ ਮੇਰੀ ਫੀਸ 'ਚੋਂ ਕੋਈ ਕਟੌਤੀ ਹੁੰਦੀ ਹੈ ਤਾਂ ਏਜੰਟ ਪੂਰੀ ਕਰੇਗਾ, ਫਿਰ ਵੀ ਤੁਸੀਂ ਜੋ ਬੱਚੇ ਕਿੱਥੇ ਲਿਖ ਕੇ ਦਿੰਦੇ ਭੱਟੀ ਸਾਹਿਬ? ਸੋ ਫਿਰ ਬੱਚੇ ਨੂੰ ਸਿਆਣਾ ਬੰਨਾ, ਆਪਣੀ ਜੇਬ ਨੂੰ ਤਾਲਾ ਲਾਉਣਾ ਪੈਣਾ ਨਾ ਮੱਕੜ ਸਾਹਿਬ। ਔਰ ਜੇ ਕਰੋਨਾ ਦੇ ਵਿੱਚ ਇਹਦੀ ਮਹਾਂਮਾਰੀ ਦੇ ਵਿੱਚ ਬੰਦਿਆਂ ਨੂੰ ਇੰਨੀ ਵੀ ਅਕਲ ਨਹੀਂ ਆਈ ਕਿ ਆਪਣੇ ਪੈਸੇ ਨੂੰ ਸੋਚ ਸਮਝ ਕੇ ਖਰਚਣਾ, ਫਿਰ ਕਦੀ ਵੀ ਨਹੀਂ ਆ ਸਕਦੀ। ਫਿਰ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਰਹਿਣਗੀਆਂ। ਔਰ ਸਟੂਡੈਂਟ ਨਹੀਂ, ਸਟੂਡੈਂਟ ਕਹਿੰਦੇ ਮੇਰੇ ਨਾਲ ਠੱਗੀ ਹੋ ਗਈ, ਸਟੂਡੈਂਟ ਕੋਲ ਠੱਗੀ ਨਹੀਂ ਹੋ ਗਈ, ਸਟੂਡੈਂਟ ਨੇ ਆਪ ਠੱਗੀ ਆਪਣੇ ਆਪ ਨਾਲ ਮਰਵਾਈ ਕਿ ਲਓ ਜੀ ਲੈ ਲਓ ਪੈਸੇ, ਮੇਰੇ ਕੋਲ ਬਹੁਤ ਬਾਪੂ ਦੇ ਪੈਸੇ ਪਏ ਹੋਏ। ਐਕਚੁਅਲ ਦੇ ਵਿੱਚ ਸਟੂਡੈਂਟ ਦੇ ਮਾਂ ਬਾਪ ਜਿਹੜੇ ਪੈਸੇ ਖਰਚਦੇ ਆ ਉਹ ਵਿਚਾਰੇ ਪਿੱਟਦੇ ਆ, ਬਟ ਸਟੂਡੈਂਟ ਜਿਹੜੇ ਹੁੰਦੇ ਉਹ ਮਾਪਿਆਂ ਦੇ ਡਾਂਗ ਦੇ ਅੱਗੇ ਰੱਖਦੇ ਆ ਕਿ ਨਹੀਂ ਜੀ ਇਹ ਮੌਕਾ ਪਤਾ ਨਹੀਂ ਦੁਬਾਰਾ ਕਦੀ ਨਹੀਂ ਆਉਣਾ। ਤੁਸੀਂ 2015 ਤੋਂ ਲੈ ਕੇ ਅੱਜ ਤੱਕ ਦੀਆਂ ਮੇਰੀਆਂ ਹੀ ਵੀਡੀਓਜ਼ ਕੱਢ ਲਓ, 100 ਵਾਰੀ ਹੁੰਦਾ ਕਿ ਆਹ ਰੂਲ ਚੇਂਜ ਹੋ ਗਿਆ, ਆਹ ਵਾਲੀ ਡੇਟ ਹੈਗੀ ਆ, ਤੁਸੀਂ ਅਪਲਾਈ ਕਰ ਲਓ। ਇਹ ਵਾਲਾ ਹੁੰਦਾ ਕਿ ਵੀ ਇਹ ਇੰਟੈਂਸ਼ਨਲੀ ਲਾਸਟ ਟਾਈਮ। ਮੈਂ ਚਾਹੁੰਦਾ ਇੱਕ ਵਾਰ ਅਸੀਂ ਓਵਰਆਲ ਇੱਕ ਸ਼ਾਰਟ ਦੇ ਵਿੱਚ ਕਲੈਰਿਟੀ ਦੇ ਦਈਏ ਕਿ ਦਰਅਸਲ ਹੋਇਆ ਕੀ ਹੈ। ਮੈਂ ਇਹ ਵੀ ਚਾਹੁੰਦਾ ਦਰਸ਼ਕਾਂ ਨੂੰ ਕਿ ਜੇ ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਸਵਾਲ, ਵਾਜਬ ਸਵਾਲ ਤੁਸੀਂ ਆਪਣਾ ਕਰ ਸਕਦੇ ਹੋ। ਪਰ ਇੱਕ ਵਾਰ ਫਿਰ ਤੋਂ ਅਸੀਂ ਤੁਹਾਨੂੰ ਇਹ ਸ਼ਾਰਟ ਇਹ ਕਲੈਰਿਟੀ ਦੇ ਦਈਏ ਜਿਹੜੇ ਦਰਸ਼ਕ ਸਾਡੇ ਨਾਲ ਹੁਣ ਜੁੜੇ ਨੇ ਕਿ ਦਰਅਸਲ ਚੇਂਜਸ ਹੋਈਆਂ ਕੀ ਨੇ। ਸਭ ਤੋਂ ਪਹਿਲੇ ਤੁਸੀਂ ਜਦੋਂ ਕੈਨੇਡਾ ਦਾ ਵੀਜ਼ਾ ਅਪਲਾਈ ਕਰਦੇ ਸੀ, ਤੁਸੀਂ ਆਪਣੇ ਸਾਰੇ ਐਜੂਕੇਸ਼ਨ ਡਾਕੂਮੈਂਟ, ਪਾਸਪੋਰਟ ਐਂਡ ਆਇਲਸ ਇਹਦੇ ਬੇਸ ਦੇ ਉੱਤੇ ਐਲਓਏ ਲੈਂਦੇ ਸੀ। ਐਲਓਏ ਦੀ ਕਾਪੀ ਨਾਲ ਲੱਗਦੀ ਸੀ, ਫੀਸ ਰਸੀਦ ਨਾਲ ਲੱਗਦੀ ਸੀ, ਜੀਆਈਸੀ ਲੱਗਦਾ ਸੀ, ਇਹਦੇ ਨਾਲ ਨਾਲ ਤੁਸੀਂ ਆਪਣਾ ਮੈਡੀਕਲ ਸਰਟੀਫਿਕੇਟ ਇਹ ਸਾਰਾ ਸੈੱਟ ਬਣਾ ਕਰਕੇ ਏਜੰਟ ਦਿੰਦੇ ਸੀ, ਉਹ ਅਪਲੋਡ ਕਰਦਾ ਸੀ। ਕ੍ਰੈਡਿਟ ਕਾਰਡ ਤੋਂ ਫੀਸ ਪੇ ਹੁੰਦੀ ਸੀ, ਐਂਡ ਜਿਸ ਦਿਨ ਫਾਈਲ ਅੰਬੈਸੀ ਸਬਮਿਟ ਹੁੰਦੀ ਤੁਹਾਨੂੰ ਫੋਨ ਆਉਂਦਾ ਸੀ ਫਾਈਲ ਸਬਮਿਟ ਹੋ ਗਈ। ਦੂਸਰੇ ਦਿਨ 24 ਘੰਟੇ 48 ਘੰਟੇ ਹੱਦ 72 ਘੰਟਿਆਂ ਦੇ ਅੰਦਰ ਅੰਦਰ ਤੁਹਾਨੂੰ ਬਾਇਓਮੈਟ੍ਰਿਕ ਚਿੱਠੀ ਆ ਜਾਂਦੀ ਸੀ, ਤੁਸੀਂ ਹੋਰ ਖੁਸ਼ ਹੁੰਦੇ ਸੀ, ਉਹ ਬੱਲੇ ਬੱਲੇ ਜੀ ਬਾਇਓਮੈਟ੍ਰਿਕ ਚਿੱਠੀ ਆ ਗਈ, ਜਾ ਕੇ ਫਿੰਗਰਪ੍ਰਿੰਟ ਦੇ ਕੇ ਆਉਂਦੇ ਸੀ। ਜਦੋਂ ਫਿੰਗਰਪ੍ਰਿੰਟ ਵੀਐਫਐਸ 'ਚ ਦੇ ਆਉਂਦੇ ਸੀ, ਤੁਹਾਨੂੰ 15 ਦਿਨ ਤੋਂ 30 ਦਿਨਾਂ ਦੇ ਅੰਦਰ ਅੰਦਰ ਵੀਜ਼ਾ ਲਈ ਹਾਂ ਜਾਂ ਨਾ ਦੀ ਚਿੱਠੀ ਆ ਜਾਂਦੀ ਸੀ। ਤੁਹਾਡਾ ਵੀਜ਼ਾ ਲੱਗ ਗਿਆ, ਮੁਬਾਰਕਾਂ, ਡੱਬਾ ਲਿਆਓ, ਪੈਸੇ ਲਿਆਓ ਅਤੇ ਜਾਣ ਵਾਲੇ ਬਣੋ। ਅਤੇ ਜੇ ਨਹੀਂ ਆਉਂਦਾ ਸੀ, ਆਉਂਦਾ ਸੀ ਬੜੀ ਮਾੜੀ ਨਿਊਜ਼ ਹੈ ਜੀ, ਅੰਬੈਸੀ ਨੇ ਵੀਜ਼ਾ ਨਹੀਂ ਦਿੱਤਾ, ਉਹਨਾਂ ਨੂੰ ਨਹੀਂ ਲੱਗਦਾ ਤੁਸੀਂ ਵਾਪਸ ਆਉਣਾ, ਦੁਬਾਰਾ ਰੀਅਪਲਾਈ ਕਰਾਂਗੇ। ਪਹਿਲੇ ਇਹ ਪ੍ਰੋਸੈਸ ਸੀ, ਹੁਣ ਪ੍ਰੋਸੈਸ ਨੂੰ ਥੋੜ੍ਹਾ ਖਿੱਚ ਦਿੱਤਾ ਗਿਆ। ਹੁਣ ਪ੍ਰੋਸੈਸ ਸਾਰਾ ਉੱਦਾਂ ਹੀ ਹੈ, ਬਟ ਇਹਨੂੰ 2 ਸਟੈਪ 'ਚ ਕਰਤਾ, ਬਾਇਓਮੈਟ੍ਰਿਕ, ਤੁਹਾਡਾ ਮੈਡੀਕਲ ਅਤੇ PCC ਨਵੀਂ ਚੀਜ਼ ਐਡ ਕਰਤੀ। ਇਹ ਤੁਹਾਡੀ ਪਹਿਲੇ ਨਹੀਂ ਜਾਣੀ, ਕਿਉਂ ਨਹੀਂ ਜਾਣੀ? ਕਿਉਂਕਿ ਅੱਜ ਵੀਐਫਐਸ ਬੰਦ ਹੈ,
VFS ਬੰਦਾ ਬਾਇਓਮੈਟ੍ਰਿਕ ਹੋ ਨਹੀਂ ਰਹੇ ਸੋ ਇਸ ਕਰਕੇ ਉਹਨੂੰ ਦੂਜੇ ਸਟੈਪ ਤੇ ਲੈਂਦਾ ਜਿਹੜਾ ਤੁਹਾਡਾ ਹੈਗਾ ਵਾ ਮੈਡੀਕਲ ਮੈਡੀਕਲ ਡਾਕਟਰ ਮੈਡੀਕਲ ਕਰਦੇ ਪਏ ਆ ਬਟ ਉਹਦੇ ਵਿੱਚ ਤੁਹਾਡੀ ਕਿਊ ਬਹੁਤ ਲੰਬੀ ਹੈ ਤੁਸੀਂ ਮੈਡੀਕਲ ਅੱਜ ਵੀ ਕਰਾ ਕੇ ਆਪਣਾ ਰੱਖ ਸਕਦੇ ਹੋ ਪੀਸੀਸੀ ਪਹਿਲੇ ਨਹੀਂ ਸੀਗੀ ਹੁਣ ਐਡ ਕਰਦੀ ਹੈ ਸੋ ਦੈਟ ਮੀਨਸ ਤੁਸੀਂ ਆਪਣੀ ਫੀਸ ਟ੍ਰਾਂਸਫਰ ਕਰੋਗੇ ਜਿਹੜੀ ਆਫਰ ਲੈਟਰ ਆਈ ਹੈ ਫੀਸ ਟ੍ਰਾਂਸਫਰ ਕਰਤੀ ਤੁਸੀਂ ਆਪਣਾ GIC ਦਾ ਖਾਤਾ ਖੁਲਾਇਆ GIC ਦੇ ਪੈਸੇ ਉਸ ਕੰਟਰੀ ਦੇ ਵਿੱਚ ਭੇਜਤੇ ਤੁਸੀਂ ਆਪਣੇ ਅਕੈਡਮਿਕਸ ਪਾਸਪੋਰਟ ਦੀ ਕਾਪੀ ਜਾਂ ਆਇਲਸ ਹੈਗਾ ਨਹੀਂ ਹੈਗਾ ਉਹ ਤੁਹਾਡੇ ਔਰ ਕਾਲਜ ਦੀ ਆਪਸੀ ਗੱਲ ਹੈ ਅੰਬੈਸੀ ਨੂੰ ਔਰ ਨਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਆਪਣੀ ਫਾਈਲ ਸਬਮਿਟ ਕਰਤੀ ਜਿਸ ਦਿਨ ਤੁਸੀਂ ਆਪਣੀ ਫਾਈਲ ਸਬਮਿਟ ਕਰੋਗੇ ਤੁਹਾਨੂੰ ਪਹਿਲੇ ਬਾਇਓਮੈਟ੍ਰਿਕ ਚਿੱਠੀ ਆਉਂਦੀ ਸੀ ਹੁਣ ਤੁਹਾਨੂੰ ਆਏਗਾ ਅਪਰੂਵਲ ਇਨ ਪ੍ਰਿੰਸੀਪਲ ਕਿ ਉਹਨਾਂ ਨੇ ਤੁਹਾਡਾ ਕ੍ਰਾਈਟੀਰੀਆ ਚੈੱਕ ਕਰ ਲਿਆ ਉਹਨਾਂ ਨੂੰ ਤੁਸੀਂ ਐਕਸੈਪਟ ਹੋ ਕਿ ਤੁਸੀਂ ਆਪਣਾ ਜੀ ਹਲੋ ਫੜੋ ਅਪਰੂਵਲ ਆ ਗਈ ਹੈ ਜਾਓ ਮੌਜਾ ਕਰੋ ਜਿਹਨੂੰ ਮਰਜ਼ੀ ਮਿਠਾਈ ਖਵਾਓ ਹੁਣ ਉਹਦੇ ਵਿੱਚ ਤੁਹਾਨੂੰ ਨਾਲ ਇਹ ਕਹਿ ਦਿੱਤਾ ਗਿਆ ਕਿ ਜੇ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣਨਾ ਜੇ ਤੁਸੀਂ ਆਨਲਾਈਨ ਕੋਰਸ ਚਾਲੂ ਕਰਨਾ ਚਾਹੁੰਦੇ ਹੋ ਜੇ ਤੁਸੀਂ ਆਪਣੀ ਆਨਲਾਈਨ ਪੜ੍ਹਾਈ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਇਹ ਅਪਰੂਵਲ ਇਨ ਪ੍ਰਿੰਸੀਪਲ ਆਉਣ ਤੋਂ ਬਾਅਦ ਜਦੋਂ ਤੁਹਾਡੇ ਹੱਥ 'ਚ ਆ ਗਿਆ ਤੁਸੀਂ ਇਹਦੇ ਬਾਅਦ 'ਚੋਂ ਆਪਣਾ ਆਨਲਾਈਨ ਪੜ੍ਹਾਈ ਸ਼ੁਰੂ ਕਰ ਸਕਦੇ ਹੋ ਹੁਣ ਉਹਦੇ ਬਾਅਦ 'ਚ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਕੈਨੇਡਾ ਆ ਸਕਦੇ ਹੋ ਜਦੋਂ ਤੁਸੀਂ ਆਨਲਾਈਨ ਪੜ੍ਹਾਈ ਸ਼ੁਰੂ ਕੀਤੀ ਜਾਂ ਨਹੀਂ ਕੀਤੀ ਉਹ ਤੁਹਾਡਾ ਨਿੱਜੀ ਫੈਸਲਾ ਹੈ ਉਹ ਕੋਈ ਬੰਦਾ ਕਹਿੰਦਾ ਨਹੀਂ ਕਹਿੰਦਾ ਪਰ ਤੁਹਾਡਾ ਨਿੱਜੀ ਫੈਸਲਾ ਹੈ ਕਿ ਤੁਸੀਂ AIP ਆਉਣ ਤੋਂ ਬਾਅਦ ਪੜ੍ਹਾਈ ਸ਼ੁਰੂ ਕਰਨੀ ਹੈ ਜਾਂ ਨਹੀਂ ਕਰਨੀ ਫਿਰ ਉਹਦੇ ਬਾਅਦ 'ਚੋਂ ਤੁਹਾਨੂੰ ਦੁਬਾਰਾ ਚਿੱਠੀ ਆਏਗੀ ਅੰਬੈਸੀ ਤੋਂ ਉਹ 15 ਦਿਨ ਬਾਅਦ ਆ ਸਕਦੀ ਹੈ 2 ਮਹੀਨੇ ਬਾਅਦ ਆ ਸਕਦੀ ਹੈ 20 ਦਿਨਾਂ ਬਾਅਦ ਆ ਸਕਦੀ ਹੈ ਕਿ ਵੀ ਹੁਣ ਤੁਸੀਂ ਆਪਣਾ ਮੈਡੀਕਲ ਜਮ੍ਹਾਂ ਕਰਾਓ ਬਾਇਓਮੈਟ੍ਰਿਕ ਦਿਓ ਅਤੇ PCC ਦਿਓ ਉਹ ਤਿੰਨ ਚੀਜ਼ਾਂ ਤਿੰਨ ਚੀਜ਼ਾਂ ਜਦੋਂ ਦਿਓਗੇ ਉਹਦੇ ਬਾਅਦ 'ਚ ਉਹਨਾਂ ਨੇ ਚੈੱਕ ਕਰਨਾ ਇਹ ਬੰਦੇ 'ਤੇ ਕੋਈ ਪੁਲਿਸ ਕੇਸ ਤਾਂ ਨਹੀਂ PCC ਦਾ ਹੀ ਮਤਲਬ ਹੈ ਉਹਨਾਂ ਨੇ ਇਹ ਚੈੱਕ ਕਰਨਾ ਇਹ ਬੰਦੇ ਨੂੰ ਕੋਈ ਮੈਡੀਕਲੀ ਪ੍ਰੋਬਲਮ ਤਾਂ ਨਹੀਂ ਤੀਜਾ ਉਹਨਾਂ ਨੇ ਚੈੱਕ ਕਰਨਾ ਕਿ ਇਹਦਾ ਕੋਈ ਪੁਰਾਣਾ ਰੈਕੋਰਡ ਤਾਂ ਨਹੀਂ ਕੋਈ ਪੁਰਾਣੀ ਰਿਫਿਊਜ਼ਲ ਤਾਂ ਨਹੀਂ ਹੈਰੀ ਕੋਈ ਹੈਰੀ ਪੁਰਾਣੀ ਕੋਈ ਬੈਨ ਤਾਂ ਨਹੀਂ ਲੱਗਾ ਆ ਜਦੋਂ ਇਹ ਤਿੰਨੋਂ ਟਿਕ ਮਾਰਕ ਹੋ ਗਏ ਫਿਰ ਤੁਹਾਡਾ ਵੀਜ਼ਾ ਆਏਗਾ ਪਾਸਪੋਰਟ ਜਮ੍ਹਾਂ ਕਰਾਓਗੇ ਤੇ ਉੱਤੇ ਚਮਚਮਾਂਦਾ ਸਟਿੱਕਰ ਲੱਗ ਕੇ ਆਏਗਾ ਔਰ ਇਹਦੇ ਵਿੱਚ ਗਲਤੀ ਤੁਸੀਂ ਕਿੱਥੇ ਕਰ ਸਕਦੇ ਹੋ ਜੇ ਆਨਲਾਈਨ ਪੜ੍ਹਾਈ ਸ਼ੁਰੂ ਕਰ ਲਈ ਜੇ ਆਨਲਾਈਨ ਤੁਸੀਂ ਪੜ੍ਹਾਈ ਸ਼ੁਰੂ ਕਰ ਲੈਂਦੇ ਹੋ ਜੇਕਰ ਕੱਲ ਨੂੰ ਤੁਹਾਡਾ ਵੀਜ਼ਾ ਨਹੀਂ ਆਉਂਦਾ ਤੇ ਜਿਹੜੀ ਫੀਸ ਉੱਥੇ ਗਈ ਹੈ ਜਿੰਨੀ ਦੇਰ ਪੜ੍ਹੀ ਹੈ ਉਨੀ ਫੀਸ ਕੱਟਦੀ ਜਾਣੀ ਹੈ ਆਨਲਾਈਨ ਪੜ੍ਹਨਾ ਚਾਹੁੰਦੇ ਹੋ ਬਿਲਕੁਲ ਪੜ੍ਹੋ ਉਹਦੇ ਵਿੱਚ ਕਾਲਜ ਕੋਲੋਂ ਔਰ ਏਜੰਟ ਕੋਲ ਲਿਖਾ ਕੇ ਲੈ ਲਓ ਜੇ ਮੈਨੂੰ ਟਰੈਵਲ ਪਰਮਿਸ਼ਨ ਨਹੀਂ ਦਿੱਤੀ ਤੇ ਮੇਰਾ ਪੈਸਾ ਕੋਈ ਨਹੀਂ ਕੱਟੇਗਾ ਹਾਂ ਮੇਰੇ ਮੈਡੀਕਲ ਕਰਕੇ ਕੋਈ ਪ੍ਰੋਬਲਮ ਹੋ ਗਈ ਹੈ ਜਾਂ ਮੇਰੇ ਪੁਲਿਸ ਕੇਸ ਕਰਕੇ ਕੋਈ ਪ੍ਰੋਬਲਮ ਹੋ ਗਈ ਹੈ ਤੇ ਭਾਈ ਨਾ ਪੈਸੇ ਦਿਓ ਉਹ ਤੁਹਾਡੀ ਮਰਜ਼ੀ ਹੈ ਠੀਕ ਹੈ ਬਟ ਉਹ ਵੀ ਕਿਉਂ ਨਾ ਦਿਓ ਜੇਕਰ ਆਨਲਾਈਨ ਬੱਚਾ ਪੜ੍ਹਿਆ ਹੀ ਨਹੀਂ ਮੇਰੇ ਕੋਲ ਇੱਕ ਸਟੂਡੈਂਟ ਆਇਆ ਅੱਜ ਸਵੇਰੇ ਮੋਗੇ ਮਿਲਣ ਵਾਸਤੇ ਮੈਂ ਮੋਗਾ ਸੀਗਾ ਸਿਮਰਨਜੀਤ ਭਾਜੀ ਔਰ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਹਿੰਦਾ ਭਾਜੀ ਅਸੀਂ AIP ਅਪਲਾਈ ਕਰ ਲੈਂਦੇ ਬੜਾ ਸਿਆਣਾ ਬੱਚਾ ਮਤਲਬ 7 ਮੈਨ ਸੀ 6 ਕਹਿੰਦਾ ਭਾਜੀ ਮੈਂ ਆਪਣਾ ਅਪਲਾਈ ਕਰ ਲੈਂਦਾ ਮੇਰਾ AIP ਆ ਗਿਆ ਮੈਂ ਜੇ ਕਹਿੰਦਾ ਕਿ ਮੈਂ ਆਨਲਾਈਨ ਕੋਰਸ ਨਹੀਂ ਕਰਨਾ ਫਿਰ ਮੈਂ ਕਹਿੰਦੇ ਫਿਰ ਮੇਰਾ ਅਪਰੂਵਲ ਨਹੀਂ ਆਏਗਾ ਮੈਂ ਕਿਹਾ ਕਿਉਂ ਨਹੀਂ ਆਏਗਾ ਉਹਨੇ ਲਿਖਿਆ ਦੈਟ ਯੂ ਮੇ ਅਪਲਾਈ ਕਹਿੰਦਾ ਮੈਂ ਜਿਹੜੇ ਏਜੰਟ ਕੋਲ ਲਵਾਈ ਹੈ ਨਾ ਉਹ ਮੈਨੂੰ ਪਤਾ ਹੀ ਕਹਿ ਰਿਹਾ ਕਿ ਜੇ ਅਪਰੂਵਲ ਆਉਣ ਤੋਂ ਬਾਅਦ ਤੂੰ ਆਨਲਾਈਨ ਕੋਰਸ ਚਾਲੂ ਨਹੀਂ ਕੀਤਾ ਤੇ ਤੇਰਾ ਅੱਗੇ ਵੀਜ਼ਾ ਨਹੀਂ ਆਣਾ ਮੈਂ ਕਿਹਾ ਕਿੱਥੇ ਲਿਖਿਆ ਹੈ ਗੁੰਮਰਾਹ ਕੀਤਾ ਯਾਰ ਬੇਸਿਕਲੀ ਕੀ ਹੈ ਆ ਜਿਹੜਾ ਮੰਦਾ ਲੱਗਾ ਹੈ 4 ਮਹੀਨੇ ਦੇ ਵਿੱਚ 4 ਮਹੀਨੇ ਤੋਂ ਕਿਸੇ ਤਰੀਕੇ ਦੇ ਨਾਲ ਯਾਰ ਪੈਸੇ ਇਕੱਠੇ ਕਰ ਲਓ ਬਸ ਫਟਾਫਟ ਕਿਰਾਏ ਬਹੁਤ ਹੈ ਪੱਟੀ ਸਾਹਿਬ ਉਹ ਪੂਰੇ ਕਰਨੇ ਆ ਸਟੂਡੈਂਟ ਮਰਦਾ ਤੇ ਮਰੇ ਸੋ ਚਲੋ ਐਨੀਵੇਜ਼ ਹਰ ਕਿਸੇ ਦਾ ਆਪਣਾ ਕੰਮ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸੋ ਸਟੂਡੈਂਟਸ ਨੂੰ ਇਹੀ ਹੈ ਆਪਣੇ ਸਾਰੇ ਜਣੇ ਵੀਜ਼ੇ ਅਪਲਾਈ ਕਰੋ ਫੀਸਾਂ ਟ੍ਰਾਂਸਫਰ ਕਰੋ ਆਪਣੀ GIC ਮੈਂ GIC ਦੀ ਗੱਲ ਕਰ ਰਿਹਾ GIC ਦੀ ਫੀਸ ਟ੍ਰਾਂਸਫਰ ਕਰੋ ਇੱਕ ਪਟੀ ਸਾਹਿਬ ਇੱਥੇ ਸਵਾਲ ਆ ਰਿਹਾ ਦਰਸ਼ਕ ਕਿਹੜੇ ਆਨਲਾਈਨ ਕੋਰਸ ਨਾ ਚਾਲੂ ਕਰੋ ਕਿਹੜੇ ਇਨਟੇਕ ਵਾਸਤੇ ਓਪਨ ਹੋਇਆ ਇਹ ਬਹੁਤ ਸਵਾਲ ਕਰ ਰਹੇ ਹੈ ਬਹੁਤ ਸਿਆਣਾ ਬੱਚਾ ਕਿ ਵੀ ਕਿਹੜੇ ਇਨਟੇਕ ਵਾਸਤੇ ਆ ਇਹ ਇਸ ਵੇਲੇ ਕਹਿ ਰਿਹਾ ਕਾਲਜ 15 ਸਪਟੈਂਬਰ ਅੰਬੈਸੀ ਕਹਿ ਰਹੀ ਹੈ CIC ਕਹਿ ਰਹੀ ਹੈ 15 ਸਪਟੈਂਬਰ ਤੱਕ ਇਹ ਵਾਲੀ ਛੂਟ ਦਿੱਤੀ ਗਈ ਹੈ 15 ਸਪਟੈਂਬਰ ਤੱਕ ਜਿਹੜੇ ਲੋਕ ਫਾਈਲਾਂ ਲਾਣਗੇ ਹੁਣ 15 ਸਪਟੈਂਬਰ ਤੱਕ ਜਿਹੜੇ ਫਾਈਲਾਂ ਲਾਣਗੇ ਮਤਲਬ ਸਪਟੈਂਬਰ ਇਨਟੇਕ ਵਾਸਤੇ ਲਗਾਉਣਗੇ ਕਿ ਵੀ AIP ਤਾਂ 4 ਦਿਨਾਂ ਦੇ ਵਿੱਚ ਆ ਜਾਣਾ ਜਦੋਂ AIP ਆ ਗਿਆ ਤੁਸੀਂ ਸਪਟੈਂਬਰ ਦੀ ਆਨਲਾਈਨ ਪੜ੍ਹਾਈ ਵਾਸਤੇ ਕਰ ਰਹੇ ਹੋ ਤੇ ਜੇਕਰ ਤੁਹਾਡੇ LOA ਤੇ ਲਿਖਿਆ ਹੈ ਜਨਵਰੀ ਤੇ ਬਹੁਤ ਵਧੀਆ ਤੁਹਾਨੂੰ ਆਨਲਾਈਨ ਕਹਿੰਦੇ ਨਾ ਕਿ ਵੀ ਉਹ ਨਾ ਨੌਮਨ ਤੇਲ ਹੋਗਾ ਨਾ ਰਾਧਾ ਨੱਚੇਗੀ ਜੇਕਰ ਇਹ ਨਵੰਬਰ ਇਨਟੇਕ ਹੈ ਤੇ ਜਾਂ ਜਨਵਰੀ ਇਨਟੇਕ ਹੈ ਸੋ ਜੇ ਉਹਦੇ ਵਾਸਤੇ ਤੇ ਨਾ ਉਹ ਟਾਈਮ ਆਣਾ ਨਾ ਆਨਲਾਈਨ ਕਲਾਸ ਲੱਗਣੀ ਹੈ ਤਾਂ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਆਣੀ ਸੋ ਇਨਟੇਕ ਤੁਹਾਡੇ ਕਾਲਜ ਦੇ ਉੱਤੇ ਡਿਪੈਂਡ ਹੈ ਕਾਫੀ ਲੋਕ ਅੱਜ ਵੀ ਸਪਟੈਂਬਰ ਇਨਟੇਕ ਲਈ ਆਫਰ ਦੇ ਰਹੇ ਆ ਜਿਹੜੇ ਇਨਟੇਕ ਸਪਟੈਂਬਰ ਲਈ ਆਫਰ ਦੇ ਰਹੇ ਉਹ ਤੋਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਇਹ ਕਿੱਦਾਂ ਦਾ ਕਾਲਜ ਹੈ ਕਿ ਵੀ ਨਾਰਮਲੀ ਜੇਕਰ ਨਾਰਮਲ ਸਿਚੁਏਸ਼ਨ ਹੁੰਦੀ ਤਾਂ ਕਹਿੰਦੇ ਆ ਜੂਨ ਤੱਕ ਤਾਂ ਚੰਗੇ ਕਾਲਜ ਦੀਆਂ ਸੀਟਾਂ ਹੀ ਮੁੱਕ ਗਈਆਂ ਹੁੰਦੀਆਂ ਵਾ ਐਂਡ ਜਿਨ੍ਹਾਂ ਦੀਆਂ ਸੀਟਾਂ ਮੁੱਕ ਗਈਆਂ ਅੱਜ ਉੱਥੇ ਕੋਈ ਪਹੁੰਚਿਆ ਨਹੀਂ ਸੀਟਾਂ ਖਾਲੀ ਪਈਆਂ ਬਟ ਬੱਚੇ ਤੇ ਉੱਥੇ ਇਨਰੋਲ ਹੋਏ ਆ ਨਾ ਜੇ ਬੱਚੇ ਉੱਥੇ ਨਹੀਂ ਪਹੁੰਚ ਪਾ ਰਹੇ ਤੇ ਉਹਨੂੰ ਡੈਫਰ ਕਰ ਦੇਣ
ਤੇ ਫਿਰ ਉਹਦੇ 'ਚ ਇੰਨੀ ਕੀ ਅੱਗ ਲੱਗੀ ਹੋਈ ਹੈਗੀ ਜੀ ਅੱਜ ਔਨਲਾਈਨ ਕਲਾਸਾਂ ਸ਼ੁਰੂ ਕਰਨੀਆਂ ਯੈਸ ਮੈਂ ਉਹ ਬੱਚਿਆਂ ਦੇ ਵੀ ਨਾਲ ਹਾਂ 10% ਜਿਹੜੇ ਕਹਿੰਦੇ ਆ ਹਮਨੇ ਵਹਾਂ ਪੜ੍ਹਨੇ ਕੇ ਲੀਏ ਜਾਣਾ ਹੈ ਪੜ੍ਹਾਈ ਕਰੇਂਗੇ ਪਾਪਾ ਕਾ ਆ ਕੇ ਬਿਜ਼ਨਸ ਸੰਭਾਲੇਂਗੇ ਉਹ ਬਿਲਕੁਲ ਭਾਜੀ ਆਪਣਾ ਟਾਈਮ ਨਾ ਖਰਾਬ ਕਰੋ ਟਾਈਮ ਨਹੀਂ ਹੋਣਗੇ ਬਹੁਤ ਥੋੜੇ ਹੁੰਦੇ ਮੈਂ ਕਹਿੰਦਾ ਜੀ 10% ਹੋਣਗੇ ਨਾ ਮੈਂ ਕਹਿੰਦਾ ਟਾਈਮ ਜਿਹਾ ਲੈ ਕੇ ਬਾਪੂ ਦੇ ਸਿਰ ਤੇ ਨਾ ਪੱਠਿਆਂ ਵਾਲੀ ਪੰਡ ਚਕਾ ਕੇ ਫਿਰ ਜਾਂਦੇ ਆ ਹਾਂ ਸੋ ਜਿਹੜੇ 90% ਹੈ ਜਿਨ੍ਹਾਂ ਨੇ ਕੈਨੇਡਾ ਜਾ ਕੇ ਪੜ੍ਹਨ ਦੇ ਪੈਸੇ ਲਏ ਨੇ ਮੈਂ ਦੁਬਾਰਾ ਰਿਪੀਟ ਕਰ ਰਿਹਾ ਜਿਨ੍ਹਾਂ ਨੇ ਕੈਨੇਡਾ ਜਾ ਕੇ ਪੜ੍ਹਨ ਦੇ ਪੈਸੇ ਦੇਣੇ ਆ ਆ ਹੱਥ ਬੰਨ ਕੇ ਬੇਨਤੀ ਹੈ ਸਾਰਿਆਂ ਨੂੰ ਲਿਖਾ ਕੇ ਲੈ ਲਓ ਏਜੰਟ ਕੋਲੋਂ ਕਿ ਭਾਈ ਜੋ ਕਹੇਗਾ ਅਸੀਂ ਕਰਾਂਗੇ ਬਟ ਜੇ ਮੈਨੂੰ ਫਲਾਈ ਨਹੀਂ ਕਰਨ ਦਿੱਤਾ ਗਿਆ ਕਿਸੇ ਵੀ ਕਾਰਨ ਤੋਂ ਇਹ ਸਾਰੇ ਦੇ ਸਾਰੇ ਪੈਸੇ ਦੇਣ ਦੀ ਜ਼ਿੰਮੇਵਾਰੀ ਤੇਰੀ ਹੈ ਔਰ ਜਿਹੜਾ ਏਜੰਟ ਇਹ ਲਿਖ ਕੇ ਦੇਣ ਨੂੰ ਥਰਕਦਾ ਹੈ ਦੈਟ ਮੀਨਸ ਦਾਲ 'ਚ ਕੁਛ ਕਾਲਾ ਹੈ ਉਹ ਸਕੀਮ ਲੱਗੀ ਹੋਈ ਹੈ ਕਿ ਵੀ ਕੋਈ ਕਹਿੰਦਾ ਕਿ ਮੈਂ ਇਹੋ ਇਕੱਲਾ ਇੱਕੋ ਕਾਲਜ ਪ੍ਰਮੋਟ ਕਰਦਾ ਜੀ ਕਿਉਂ ਕਾਲਜ ਉਹੀਓ ਪ੍ਰਮੋਟ ਕਰਦਾ ਕਿਉਂਕਿ ਅੱਟੀ ਸੱਟੀ ਲੱਗੀ ਹੋਈ ਹੈ ਜਿਹਨਾਂ ਕੋਲ ਮਲਟੀਪਲ ਕਾਲਜਿਸ ਆ ਉੱਥੇ ਕੋਈ ਅੱਟੀਆਂ ਸੱਟੀਆਂ ਨਹੀਂ ਆ ਉਹ ਪ੍ਰੋਸੀਜਰ ਦੇ ਨਾਲ ਚੱਲਦੇ ਆ ਕਿ ਜੀ ਤੁਹਾਡੀ ਮਰਜ਼ੀ ਹੈ ਤੁਸੀਂ ਆਨਲਾਈਨ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਫਲਾਈਟਸ ਦਾ ਹਾਲੇ ਫਲਾਈਟਸ ਦਾ ਪੁੱਛ ਰਹੇ ਨੇ ਵਿਕਰਮਜੀਤ ਅੱਜ ਪੁਰੀ ਸਾਹਿਬ ਨੇ ਜਿਹੜੇ ਸਾਡੇ ਐਵੀਏਸ਼ਨ ਮਿਨਿਸਟਰ ਨੇ ਅੱਜ ਦਾ ਹੀ ਸਵੇਰ ਦਾ ਇਕਨੋਮਿਕ ਟਾਈਮ ਦਾ ਆਰਟੀਕਲ ਹੈ ਕਿ ਵੀ ਆਉਣ ਵਾਲੇ ਟਾਈਮ ਦੇ ਵਿੱਚ 4 ਸੈਕਟਰਸ ਦੇ ਵਿੱਚ ਫਲਾਈਟਸ ਸ਼ੁਰੂ ਕਰ ਰਹੇ ਆ US ਲੰਡਨ ਦੁਬਈ ਦੇ ਵਿੱਚ ਤੇ ਇੱਕ ਹੋਰ ਸੈਕਟਰ ਸੀਗਾ ਮੇਰਾ ਖਿਆਲ ਫਰਾਂਸ ਜਰਮਨੀ ਦੀ ਅਜੇ ਕੋਈ ਵੀ ਕਲੈਰੀਫਿਕੇਸ਼ਨ ਨਹੀਂ ਆਈ ਔਰ ਕੈਨੇਡਾ ਦੀ ਅਜੇ ਕੋਈ ਕਲੈਰੀਫਿਕੇਸ਼ਨ ਨਹੀਂ ਆਈ ਔਗਸਟ ਆਨਵਰਡ ਜਿਹੜਾ ਵਾ ਇੰਟਰਨੈਸ਼ਨਲ ਫਲਾਈਟ ਜਿਹੜੀਆਂ ਉਹ ਸ਼ੁਰੂ ਕਰ ਰਹੇ ਹੈਗੇ ਨੇ 4 ਸੈਕਟਰਸ ਨੂੰ ਅਪਰੂਵਲ ਇਹਨਾਂ ਨੇ ਦੇ ਦਿੱਤੀ ਹੋਈ ਹੈ ਸੋ ਜਿਨ੍ਹਾਂ ਦੇ ਬੱਚਿਆਂ ਦੇ ਵੀਜ਼ੇ ਲੱਗੇ ਨੇ ਅੱਜ ਜਿਹੜਾ ਸਾਡਾ ਇੱਥੇ ਆਲਰੇਡੀ ਏਅਰ ਇੰਡੀਆ ਦੀਆਂ ਫਲਾਈਟਸ ਚੱਲ ਰਹੀਆਂ ਨੇ ਬੰਦੇ ਮਾਤਰਮ ਉਹਦੇ 'ਚ ਵੀ ਉਹ ਆਪਣੀ ਟਿਕਟ ਬੁੱਕ ਕਰਾ ਕੇ ਜਾ ਸਕਦੇ ਸਾਡੇ ਕਾਫੀ ਬੱਚੇ ਗਏ ਨੇ ਕਿ ਜਿਨ੍ਹਾਂ ਦੇ 18 ਮਾਰਚ ਤੋਂ ਪਹਿਲੇ ਵੀਜ਼ੇ ਆਏ ਹੋਏ ਨੇ ਜਿਨ੍ਹਾਂ ਦੇ 18 ਮਾਰਚ ਤੋਂ ਬਾਅਦ ਵੀਜ਼ੇ ਆਏ ਨੇ ਜਾਂ ਜਿਹੜੇ ਅੱਜ ਵੇਟ ਕਰ ਰਹੇ ਨੇ ਕਦੋਂ ਖੁੱਲੀਆਂ ਸੋ ਔਗਸਟ ਦੇ ਵਿੱਚ ਉਹਨਾਂ ਦੀਆਂ ਫਲਾਈਟ ਸ਼ੁਰੂ ਹੋ ਜਾਣਗੀਆਂ ਬਹੁਤ ਧੰਨਵਾਦ ਪੱਟੀ ਸਾਹਿਬ ਤੁਸੀਂ ਸਮਾਂ ਦਿੱਤਾ ਮੇਰੇ ਵਿੱਚ ਨਾ ਇੱਕ ਲਾਸਟ ਦੇ ਵਿੱਚ ਇੱਕ 2 ਮਿੰਟ ਲਾ ਕੇ ਕੰਕਲੂਡ ਕਰਨਾ ਚਾਹੁੰਦਾ ਟਾਈਮ ਅੱਗੇ ਆਉਣ ਵਾਲਾ ਬਹੁਤ ਵਧੀਆ ਪੈਨਿਕ ਕਰਨ ਦੀ ਲੋੜ ਨਹੀਂ ਹੋਛਾਪਨ ਕਰਨ ਦੀ ਲੋੜ ਨਹੀਂ ਸਿਰਫ ਔਰ ਸਿਰਫ ਜਿਹੜਾ ਵਾ ਆਪਣੀ ਸਮਝ ਦੇ ਨਾਲ ਆਪਣੇ ਪਰਿਵਾਰ ਦੇ ਹਾਲਾਤਾਂ ਦੇ ਹਿਸਾਬ ਦੇ ਨਾਲ ਹੀ ਆਪਣਾ ਅਪਲਾਈ ਕਰਨਾ 2 ਸਟੈਪ ਦੇ ਵਿੱਚ ਅਪਰੂਵਲ ਆਉਣੀ ਹੈ ਪਹਿਲਾ ਸਟੈਪ ਹੈ ਤੁਸੀਂ ਫੀਸ ਪੇ ਕਰਨੀ ਹੈ GIC ਪੇ ਕਰਨਾ ਅਤੇ ਆਪਣੇ ਸਰਟੀਫਿਕੇਟ ਦੇਣੇ ਹੈ ਦੂਸਰਾ ਹੈ ਤੁਹਾਡਾ ਮੈਡੀਕਲ PCC ਅਤੇ ਬਾਇਓਮੈਟ੍ਰਿਕ ਜੇ ਤੁਹਾਡਾ ਪਹਿਲੇ ਵੀਜ਼ਾ ਰਿਜੈਕਟ ਹੋਇਆ ਉਹ ਉੱਤੇ ਬੈਨ ਹੈ ਤੁਹਾਨੂੰ ਪਤਾ ਅੰਦਰੋਂ ਕਿ ਮੈਡੀਕਲੀ ਤੁਸੀਂ ਫਿੱਟ ਨਹੀਂ ਹੋ ਤੁਹਾਨੂੰ ਪਤਾ ਤੁਹਾਡੇ ਕੋਈ ਪੁਲਿਸ ਕੇਸ ਹੈ ਕੈਨੇਡਾ ਦਾ ਪੰਗਾ ਨਾ ਲੈਣਾ ਉੱਥੇ GIC ਵੀ ਫਸ ਜਾਏਗਾ ਕਿਉਂਕਿ ਜੇ ਮੈਡੀਕਲ 'ਚ ਪ੍ਰੋਬਲਮ ਆ ਗਈ ਜਾਂ ਤੁਹਾਡੇ ਪੁਲਿਸ ਕਲੀਅਰੈਂਸ 'ਚ ਪ੍ਰੋਬਲਮ ਆ ਗਈ ਜਾਂ ਇਨਐਡਮਿਸੇਬਿਲਿਟੀ ਪ੍ਰੋਬਲਮ ਆ ਗਈ GIC ਵੀ ਫਸ ਸਕਦਾ ਅਪਲਾਈ ਅੱਜ ਦੀ ਡੇਟ ਅੱਜ ਸਮਾਂ ਉਹ ਹੈ ਆਪਣੀ ਜੇਬ 'ਚੋਂ ਰੁਪਈਆ ਵੀ ਕੱਢਣ ਦੀ ਲੋੜ ਨਹੀਂ ਉੱਥੇ ਅਪਲਾਈ ਕਰੋ ਕਿ ਭਰਾ ਮੈਂ ਪੈਸੇ ਦੇਵਾਂਗਾ ਵੱਧ ਦੇ ਦਾਂਗਾ ਜਿੱਦਣ ਵੀਜ਼ਾ ਲੱਗੇਗਾ ਉੱਦਣ ਪੈਸੇ ਦੇਵਾਂਗਾ ਤੁਹਾਡੇ ਨਾਲ ਕਦੀ ਵੀ ਧੋਖਾ ਨਹੀਂ ਹੋ ਸਕਦਾ ਜੇਕਰ ਤੇ ਪੈਸੇ ਦੇਣੇ ਕੈਨੇਡਾ ਜਾ ਕੇ ਪੜ੍ਹਨ ਦੇ ਤੇ ਭਾਈ ਬਿਲਕੁਲ ਫੀਸ ਵੀਜ਼ੇ ਤੋਂ ਬਾਅਦ ਹੀ ਜੇਬ 'ਚੋਂ ਕੱਢਣਾ ਅਤੇ ਜੇ ਪੈਸੇ ਦੇਣੇ ਆ ਜੀ ਹਮਨੇ ਪੜ੍ਹਾਈ ਕਰਨੀ ਹੈ ਚਾਹੇ ਉਹ ਆਨਲਾਈਨ ਹੋ ਤੋ ਚਾਹੇ ਕੈਂਪਸ ਮੇਂ ਹੋ ਕੋਈ ਫਰਕ ਨਹੀਂ ਪੈਂਦਾ ਜਾਣਾ ਹੈ ਜਾ ਕੇ ਪੜ੍ਹਨਾ ਹੈ ਵਾਪਸ ਆ ਕੇ ਪਾਪਾ ਦਾ ਬਿਜ਼ਨਸ ਸੰਭਾਲਣਾ ਅਤੇ ਬਿਲਕੁਲ ਜੀ ਖੁੱਲ੍ਹੇ ਦਿਲ ਨਾਲ ਅਪਲਾਈ ਕਰੋ ਅਤੇ ਅੱਗੇ ਤੁਹਾਡੀ ਕਿਸਮਤ ਬਿਲਕੁਲ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ ਸੋ ਫਿਲਹਾਲ ਇਸ ਪੇਸ਼ਕਸ਼ 'ਚ ਇਹਨੇ ਇਜਾਜ਼ਤ